ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵਾਪਸ ਤੋਂ ਗਿਲਜ 멘ਟਰ ਦੇ ਅਫੀਸ਼ੀਅਲ YouTube ਚੈਨਲ ਤੇ ਤੁਸੀਂ ਜਿੱਥੇ ਵੀ ਹੋ ਉਮੀਦ ਕਰਦੇ ਹਾਂ ਠੀਕ-ਠਾਕ ਹੋਵੋਗੇ ਬਜਟ 2020 ਯਾਨੀ ਕਿਸ ਦੇ ਹਿੱਸੇ ਕੀ ਗਿਆ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਐਗਜ਼ਾਮ ਦੇ ਪੁਆਇੰਟ ਹੋਣ ਨਾਲ ਸਾਂਝੀ ਕਰਾਂਗੇ ਨਾ ਕਿ ਆਪਾਂ ਕਿਸੇ ਰਾਜਨੀਤਿਕ ਮੰਚ ਦੇ ਤੌਰ ਤੇ ਸਾਂਝੀ ਕਰਾਂਗੇ ਕਿਉਂਕਿ ਸਾਡੇ ਐਗਜ਼ਾਮਸ ਅਪਕਮਿੰਗ ਬਹੁਤ ਜ਼ਿਆਦਾ ਨਹੀਂ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਕਿ ਅੱਜ ਯਾਨੀ ਪੰਜਾਬ ਸਰਕਾਰ ਨੇ ਐਜੂਕੇਸ਼ਨ ਡਿਪਾਰਟਮੈਂਟ ਚ ਪੋਸਟਾਂ ਆਊਟ ਕਰ ਦਿੱਤੀਆਂ ਹੈ ਅਪਕਮਿੰਗ ਪੂਰੀ ਉਮੀਦ ਹੈ ਕਿ ਪੰਜਾਬ ਪਟਵਾਰੀ ਕਨਗੋ ਇਹਦੇ ਨਾਲ ਨਾਲ ਕੀ ਪੀਸੀਐਸ ਦੀਆਂ ਪੋਸਟਾਂ ਬਹੁਤ ਜਲਦੀ ਤੁਹਾਨੂੰ ਦੇਖਣ ਨੂੰ ਜ਼ਰੂਰ ਨੋਟੀਫਿਕੇਸ਼ਨ ਮਿਲੇਗਾ ਕਿਉਂਕਿ ਰੈਗੂਲਰਲੀ ਬਹੁਤ ਜ਼ਿਆਦਾ ਪ੍ਰੈਸ਼ਰ ਪੰਜਾਬ ਗਵਰਨਮੈਂਟ ਤੇ ਬਣ ਰਿਹਾ ਹੈ ਕਿ ਕੋਈ ਵੀ ਗਵਰਨਮੈਂਟ ਜੌਬ ਦੀ ਜੋ ਗੱਲ ਕਰਦੇ ਆ ਵੱਡੇ ਸਤਰ ਦੀ ਪਰਤੀ ਪੀਐਸਪੀਸੀਐਲ ਤੋਂ ਬਾਅਦ ਨਹੀਂ ਕੀਤੀ ਜਾ ਰਹੀ ਹੈ ਸੋ ਥੈਟ ਇਨ ਕੇਸ 올 द ਐਗਜ਼ਾਮੀਨੇਸ਼ਨਸ ਇੱਕ ਸਾਲ ਦਾ ਬਜਟ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਰ ਬਲਕਿ ਯੂਨੀਅਨ ਗਵਰਨਮੈਂਟ ਤੋਂ ਬਾਅਦ ਸਟੇਟ ਗਵਰਨਮੈਂਟਸ ਆਪਣੇ ਬਜਟ ਦਿੰਦੀਆਂ ਨੇ ਔਰ ਅੱਜ ਹੀ ਅੱਜ ਦੇ ਦਿਨ 28 ਫਰਵ ਹਾਂ ਬਲਕਿ ਦੋ ਬਜਟ ਅਨਾਉਂਸ ਕੀਤੇ ਗਏ ਹੈ ਇੱਕ ਤਾਂ ਪੰਜਾਬ ਸਰਕਾਰ ਦਾ ਇੱਕ ਹਰਿਆਣਾ ਸਰਕਾਰ ਦਾ ਬਟ ਫਿਲਹਾਲ ਅਸੀਂ ਡਿਸਕਸ ਕਰਾਂਗੇ ਗਵਰਨਮੈਂਟ ਆਫ ਪੰਜਾਬ ਮਤਲਬ ਸਾਡੇ ਸੂਬੇ ਦੇ ਫਾਈਨਾਂਸ ਮਿਨਿਸਟਰ ਨੇ ਉਹਨਾਂ ਨੇ ਬਜਟ ਦਿੱਤਾ ਹੈ ਔਰ ਇਹ ਆਪਾਂ ਚੈੱਕ ਕਰਨਾ ਕਿ ਕਿਸ ਖੇਤਰ ਚ ਕਿੰਨਾ ਬਜਟ ਸੀਗਾ ਕਿੰਨਾ-ਕਿੰਨਾ ਫੰਡ ਅਲੋਟ ਕੀਤਾ ਗਿਆ ਵਾ ਇਦੇ ਨਾਲ ਨਾਲ ਆਪਾਂ ਕੱਲ ਕਰਦੇ ਹਾਂ ਕਿ ਜਿਵੇਂ ਕਿ ਬਹੁਤ ਸਾਰੇ ਅਪਕਮਿੰਗ ਐਗਜ਼ਾਮੀਨੇਸ਼ਨਸ ਨੇ ਸਾਡੇ ਚਾਹੇ ਆਪਾਂ ਗੱਲ ਕਰ ਲਈਏ ਐਨਟੀਪੀਸੀ ਜਾਂ ਐਸਐਸਸੀ ਗੱਲ ਕਰ ਲਈਏ ਬੈਂਕਿੰਗ ਇਗਜ਼ਾਮ ਗੱਲ ਕਰ ਲਈਏ ਤਾਂ ਉਹ ਵੀ ਸਾਨੂੰ ਕਿਤੇ ਨਾ ਕਿਤੇ ਇਹਨਾਂ ਸਟੇਟ ਵਾਈਜ਼ ਕੁਐਸਚਨਸ ਪੁੱਛੇ ਜਾ ਸਕਦੇ ਆ ਸੋ ਥੈਟ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਹੀਂ ਭੁੱਲਣਾ ਡਿਸਕ੍ਰਿਪਸ਼ਨ ਬਾਕਸ ਦਿੱਤੇ ਗਏ ਇੰਸਟਾਗ੍ਰam ਟੈਲੀਗ੍ਰam ਵਟਸਐਪ ਤੇ ਕਲਿੱਕ ਕਰਕੇ ਜੁੜ ਸਕਦੇ ਹੋ ਇੰਪੋਰਟੈਂਟ ਅਪਡੇਟਸ ਰੈਗੂਲਰਲੀ ਤੁਹਾਨੂੰ ਸ਼ੇਅਰ ਕੀਤੀਆਂ ਜਾ ਰਹੀਆਂ ਔਰ ਦੋਸਤੋ ਇੱਕ ਜਾਣਕਾਰੀ ਤੁਹਾਨੂੰ ਮੈਂ ਹੋਰ ਵੀ ਦੱਸਣਾ ਚਾਹਾਂਗਾ ਇੱਥੇ ਕਿ ਅਗਰ ਤੁਸੀਂ ਸਟੱਡੀ ਮਟੀਰੀਅਲ ਫਾਈਂਡ ਆਊਟ ਕਰ ਰਹੇ ਹੋ ਤਾਂ ਸਾਡੀ ਆਫੀਸ਼ੀਅਲੀ ਵੈਬਸਾਈਟ ਤੋਂ ਜਾ ਕੇ ਤੁਸੀਂ ਈ-ਲਰਨਿੰਗ ਤੋਂ ਈ-ਬੁੱਕਸ ਤੁਸੀਂ ਡਾਊਨਲੋਡ ਕਰ ਸਕਦੇ ਹੋ ਈ-ਬੁੱਕ ਸਾਡੀ ਵੈਬਸਾਈਟ ਤੇ ਮਿਲ ਜਾਣਗੀਆਂ ਜਿਵੇਂ ਕਿ ਤੁਹਾਨੂੰ ਰੈਗੂਲਰਲੀ ਅਸੀਂ ਸਟੱਡੀ ਮਟੀ ਸਭ ਤੋਂ ਪਹਿਲਾਂ ਡਿਟੇਲ ਵਾਈਜ਼ ਆਪਾਂ ਮੇਨ ਮੇਨ ਕੀ ਪੁਆਇੰਟ ਸਾਂਝੇ ਕਰਾਂਗੇ ਕੀ ਪੁਆਇੰਟ ਨੇ ਜਿਹੜੇ ਕੀ ਪੰਜਾਬ ਬਜਟ ਦੇ ਵਿੱਚ ਬਜਟ ਸ਼ੁਰੂ ਹੋਣ ਤੋਂ ਪਹਿਲਾਂ ਫਾਈਨੈਂਸ ਮਿਨਿਸਟਰ ਨੇ ਮੇਨਲੀ ਦੋ ਤਿੰਨ ਗੱਲਾਂ ਤੇ ਵਿਸ਼ੇਸ਼ ਤੌਰ ਤੇ ਫੋਕਸ ਕੀਤਾ ਆ ਔਰ ਉਹਨਾਂ ਦਾ ਕੰਪਲੀਟ ਤੌਰ ਤੇ ਇਹ ਬਲਕਿ ਬਜਟ ਜੋ اجلاس ਸੀਗਾ ਉਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੋ ਮੇਨ ਉਹਨਾਂ ਨੇ ਗੱਲਾਂ ਰੱਖੀਆਂ ਸੀਆਂ ਕਿਤੇ ਨਾ ਕਿਤੇ ਹਰ ਕਿਸੇ ਨੂੰ ਚਾਹੇ اپੋਜੀਸ਼ਨ ਹੈ ਕਿਉਂਕਿ ਅਸੀਂ ਸਾਰੇ ਬਲਕਿ ਇੱਕ ਨਿਗਾਹ ਲਾ ਕੇ ਦੇਖ ਰਹੇ ਸੀਗੇ ਕਿ ਕੋਈ ਵੱਡਾ ਅਨਾਉਂਸਮੈਂਟ ਕੀ ਹੋ ਸਕਦਾ ਤਾਂ ਉਸ ਦੇ ਸੰਬੰਧ ਚ ਇਹਨਾਂ ਨੇ ਦੋ ਇੰਪੋਰਟੈਂਟ ਗੱਲਾਂ ਜਿਹੜੀਆਂ ਹੈਗੀਆਂ ਕਿ ਰਿਟਾਇਰਮੈਂਟ ਏਜ ਹੈ ਰਿਟਾਇਰਮੈਂਟ ਏਜ ਹੈ 60 ਸਾਲ ਤੋਂ ਕਟਾ ਕੇ ਕਿੰਨੀ ਕਰ ਦਿੱਤੀ ਹੈ 58 ਕਰ ਦਿੱਤੀ ਹੈ ਸਭ ਤੋਂ ਵੱਡਾ ਜਿਹੇ ਕੁਐਸਚਨ ਪੇਪਰ ਚ ਬਣ ਸਕਦਾ ਤੇ ਇਹ ਹੈ ਕਿ ਸਾਡੇ ਸੂਬੇ ਦੀ ਸਰਕਾਰ ਨੇ ਏਜ ਰਿਟਾਇਰਮੈਂਟ ਕਿੰਨੇ ਤੋਂ ਕਿੰਨੀ ਤੱਕ ਕਰ ਦਿੱਤੀ ਹੈ 58 ਸਾਲ ਕਰ ਦਿੱਤੀ ਹੈ ਠੀਕ ਹੈ राइटर एथे उन्होने एक बहुत इंपॉर्टेंट स्टेटमेंट ਦਿੱਤਾ ਸੀਗਾ ਕਿ ਰਿਕਰੂਟਮੈਂਟਸ ਜ਼ਿਆਦਾਤਰ ਕ੍ਰੀਏਟ ਨਹੀਂ ਹੋ ਪਾਰ ਰਹੀਆਂ ਹੈ ਸੋ 2 ਸਾਲ ਦਾ ਜੋ ਐਕਸਟੈਂਸ਼ਨ ਮਿਲਦਾ ਸੀਗਾ ਉਸ ਨੂੰ ਬਿਲਕੁਲ ਅਬੋਲਿਸ਼ ਕਰ ਦਿੱਤਾ ਹੈ ਸੋ ਇਸ ਨੂੰ ਖਤਮ ਕਰਕੇ ਹੁਣ 58 ਸਾਲ ਤੱਕ ਰਿਟਾਇਰਮੈਂਟ ਰੱਖਿਆ ਗਿਆ ਜਿਸ ਕਰਕੇ ਕਿ ਅੱਗੇ ਜ਼ਿਆਦਾ ਤੋਂ ਜ਼ਿਆਦਾ ਵੈਕੈਂਸੀਜ਼ ਇਹ ਕ੍ਰੀਏਟ ਹੋ ਜਾਣੀਆਂ ਠੀਕ ਹੈ ਦੂਜੀ ਗੱਲ ਹੈ 6th ਪੇ ਕਮਿਸ਼ਨ ਦੇ ਅਕੋਰਡਿੰਗ ਯਾਨੀ ਡੀਏ ਹੈ ਠੀਕ ਹੈ ਉਹ ਬਲਕਿ ਇੱਥੇ ਦਿੱਤਾ ਜਾਏਗਾ ਔਰ ਇਹਨਾਂ ਨੂੰ ਇਨ ਥਿਸ ਵੀਕ ਹੀ ਇਹਨਾਂ ਨੇ ਗੱਲ ਰੱਖੀ ਹੈ ਠੀਕ ਹੈ ਉਸ ਤੋਂ ਨੈਕਸਟ ਗੱਲ ਹੈ ਕੋਈ ਵੀ ਨਵਾਂ ਟੈਕਸ ਹੈ ਕੋਈ ਵੀ ਨਵਾਂ ਟੈਕਸ ਨਹੀਂ ਹੈ ਕਾਉਸਾ ਟੈਕਸ ਹੈ ਜਾਂ ਹੋਰ ਵੀ ਕੋਈ ਵੀ ਟੈਕਸ ਦੀ ਗੱਲ ਇਹਦੇ ਵਿੱਚ ਨਹੀਂ ਕੀਤੀ ਗਈ ਹੈ ਸਭ ਤੋਂ ਪਹਿਲਾਂ ਇੱਕ ਹੋਰ ਚੀਜ਼ ਵੀ ਜਾਣਣੀ ਬਹੁਤ ਜ਼ਰੂਰੀ ਹੋਏਗੀ ਕਿ ਫਾਈਨੈਂਸ ਮਿਨਿਸਟਰ ਮਨਪ੍ਰੀਤ ਸਿੰਘ ਬਾਦਲ ਨੇ ਇਹ ਪ੍ਰੈਜ਼ੈਂਟ ਕੀਤਾ ਹੈ ਬਜਟ ਉਹ ਟੋਟਲ ਬਜਟ ਕਿੰਨਾ ਹੈ 154805 ਲੱਖ ਕਰੋੜ ਰੁਪਇਆ ਠੀਕ ਹੈ ਤੁਸੀਂ ਮੋٹے ਮੋٹے ਗੱਲ ਤੇ ਗੱਲ ਕਰੀਏ ਤਾਂ ਤੁਹਾਨੂੰ ਐਗਜ਼ਾਮ 'ਚ ਜਾਂ ਨਿਊਜ਼ਪੇਪਰਾਂ 'ਚ ਇਦਾਂ ਵੀ ਮਿਲੇਗਾ ਕਿ 1.5 ਲੇਖ ਕਰੋੜ ਠੀਕ ਹੈ ਬਰਹਾਾਲ ਸਾਨੂੰ ਪ੍ਰੋਪਰਲੀ ਫਿਗਰ ਯਾਦ ਰੱਖਣਾ ਪਏਗਾ 154 805 ਲੱਖ ਕਰੋੜ ਰੁਪਇਆ ਬਜਟ ਜੋ ਹੈ ਅਨਾਉਂਸ ਕੀਤਾ ਗਿਆ ਹੈ ਇਹ ਫਰਾਈਡੇ ਸ਼ੁੱਕਰਵਾਰ ਨੂੰ ਪੰਜਾਬ ਅਸੈਂਬਲੀ ਦੇ ਵਿੱਚ ਹੋਇਆ ਹੈ ਔਰ ਦੱਸਣਾ ਚਾਹਾਂਗਾ ਦਿਸ ਇਜ਼ ਦਾ ਫੋਰਥ ਬਜਟ ਪ੍ਰੈਜ਼ੈਂਟਡ ਬਾਏ ਹਿਮ ਚੌਥਾ ਬਜਟ ਇਹਨਾਂ ਦੁਆਰਾ ਇਹ ਦਿੱਤਾ ਗਿਆ ਹੈ ਯਾਦ ਰੱਖਣਾ ਹੈ ਕਿ ਚੌਥਾ ਬਜਟ ਪੰਜਾਬ ਦੇ ਫਾਈਨੈਂਸ ਮਿਨਿਸਟਰੀ ਫਾਈਨੈਂਸ ਮਿਨਿਸਟਰ ਮਨਪ੍ਰੀਤ ਸਿੰਘ ਬਾਦਲ ਦੁਆਰਾ ਇਹ ਪ੍ਰੈਜ਼ੈਂਟ ਕੀਤਾ ਗਿਆ ਹੈ ਯਾਨੀ ਕਿ ਦੀ ਪ੍ਰੈਜ਼ੈਂਸ ਦੇ ਅੰਦਰ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਠੀਕ ਹੈ ਦ ਲੀਡ ਆਫ ਗਵਰਨਮੈਂਟ देयर इज नो टैक्स ਔਰ ਇੰਟਰੋਡਿਊਸ ਇਨ ਦਾ ਬਜਟ ਕੋਈ ਵੀ ਟੈਕਸ ਨਹੀਂ ਕੀਤਾ ਗਿਆ ਹੈ ਸੋ ਥੈਟ ਆਪਾਂ ਨੂੰ ਇਹ ਚੀਜ਼ਾਂ ਸਿੰਪਲ ਤਰੀਕੇ ਨਾਲ ਯਾਦ ਰੱਖਣੀਆਂ ਠੀਕ ਹੈ ਹੁਣ ਤੁਹਾਡੇ ਕੀ ਦੋ ਕੁਐਸਚਨ ਬਣ ਗਏ ਆ ਪਹਿਲੀ ਗੱਲ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਬਜਟ ਕਿਨੇ ਦਿੱਤਾ ਹੈ ਫਾਈਨੈਂਸ ਮਿਨਿਸਟਰ ਮਨਪ੍ਰੀਤ ਸਿੰਘ ਬਾਦਲ ਨੇ ਦਿੱਤਾ ਪੇਸ਼ ਕੀਤਾ ਹੈ ਉਸ ਤੋਂ ਬਾਅਦ ਰਿਟਾਇਰਮੈਂਟ ਇਸ 58 ਸਾਲ ਕਰ ਦਿੱਤੀ ਗਈ ਹੈ ਟੋਟਲ ਬਜਟ ਕਿੰਨਾ ਹੋ ਗਿਆ 154 ਐਂਡ 805 ਲੱਖ ਕਰੋੜ ਰੁਪਏ ਯਾਦ ਰੱਖਣਾ ਇਨਫੈਕਟ ਕੁਝ ਨੈਗੇਟਿਵ ਚੀਜ਼ਾਂ ਜੋ ਨੇ ਬਲਕਿ ਮੈਂ ਇਸ ਨੂੰ ਕਿਸੇ ਵੀ ਪੋਲੀਟੀਕਲ ਪ੍ਰੈਸ਼ਰ ਤੇ ਨਹੀਂ ਕਹਾਂਗਾ ਬਟ ਮੈਨੂੰ ਕਿਤੇ ਨਾ ਕਿਤੇ ਜੋ ਦੋ ਤਿੰਨ ਚੀਜ਼ਾਂ ਦੀ ਉਮੀਦ ਸੀ ਕਿ ਜੋ ਹਰ ਬਲਕਿ ਹਰ ਕਿਸੇ ਨੂੰ ਹੈ ਰਿਕਰੂਟਮੈਂਟਸ ਜੋ ਅਪਕਮਿੰਗ ਹੈ ਕੋਈ ਬਿਊਰੋ ਨਹੀਂ ਆਇਆ ਉਹਨਾਂ ਦਾ ਕਿ ਹਾਂਜੀ ਅਸੀਂ 1 ਸਾਲ ਦੇ ਅੰਦਰ ਜਿਵੇਂ ਕਿ ਅਸੀਂ ਪੀਸੀਐਸ ਚ ਇੰਨੀਆਂ ਇਹਨੀਆਂ ਅਸਾਮੀਆਂ ਭਰਨ ਦੀ ਕੋਈ ਕਵਾਇਦ ਰੱਖੀ ਹੈ ਜਾਂ ਸਾਡਾ ਟਾਰਗੇਟ ਹੈ ਬਲਕਿ ਇਹਨਾਂ ਦੇ ਇੱਕ ਓਪਨਲੀ ਸਟੇਟਮੈਂਟ ਆਇਆ ਕਿ ਅਸੀਂ ਇਹ ਸਰਕਾਰੀ ਅਸਾਮੀਆਂ ਭਰਨ ਦੀ ਜੋ ਮੁਹੀਮ ਹੈ ਬਹੁਤ ਜਲਦੀ ਸ਼ੁਰੂ ਕਰ ਰਹੇ ਹ ਇਟ ਮੀਨਸ ਹੈ ਕਿ ਇਹ ਸਾਰਿਆਂ ਨੂੰ ਪਤਾ ਹੈ ਕਿ ਚਰਚਾ ਦੋ ਤਿੰਨ ਪੋਸਟਾਂ ਦੀ ਬਹੁਤ ਜ਼ਿਆਦਾ ਨਹੀਂ ਐਜੂਕੇਸ਼ਨ ਡਿਪਾਰਟਮੈਂਟ ਕਿਉਂਕਿ ਰੈਗੂਲਰਲੀ ਟੀਚਰਸ ਨੇ ਜਿਹੜੇ ਕਿ ਇੱਕ ਬਲਕਿ ਮੈਂ ਕਵਾਂਗਾ ਕਿ ਸਮਾਜ ਦਾ ਇੱਕ ਉਹ ਅਹਿਮ ਹਿੱਸਾ ਹੁੰਦਾ ਹੈ ਕਿ ਅੱਜ ਆਪਾਂ ਵੀ ਇਹ ਤਾਜ਼ਾ ਵੀ ਟੀਚਰ ਦੀ ਵਜ੍ਹਾ ਨਾਲ ਆਪਣੇ ਚ ਬਹੁਤ ਸਾਰੇ ਟੀਚਰ ਈਵਨ ਆਈ ਐਮ ਆਲਸੋ ਟੀਚਰ ਠੀਕ ਹੈ ਬਟ ਕਿਰਦਾਰ ਸਾਡਾ ਕੁਝ ਡਿਫਰੈਂਟ ਹੈ ਜੋ ਕਿ ਇੱਕ ਮੈਂ ਕਹਿੰਦਾ ਕਿ ਟੀਚਰ ਉਹਨਾਂ ਦਾ ਅਲੱਗ ਹੈ ਤਾਂ ਇੱਥੇ ਅਗਰ ਸਪੋਜ਼ ਅਗਰ ਅੱਛਾ ਹੋ ਜਾਂਦਾ ਅਗਰ ਅੱਛਾ ਹੋ ਜਾਂਦਾ ਆ ਕਿ ਅਗਰ ਇਹਨਾਂ ਨੂੰ ਥੋੜਾ ਜਾਂ ਇਹ ਮੈਂਸ਼ਨ ਹੋ ਜਾਂਦਾ ਕਿ ਅਸੀਂ 5000 ਟੀਚਿੰਗ ਭਰਤੀ ਹੈ ਜਿਵੇਂ ਕਿ ਜਿਵੇਂ ਦੇਖੋ ਇਹਦਾ ਮੈਂ ਐਗਜ਼ਾਮਪਲ ਦੇਣਾ ਚਾਹਾਂਗਾ ਸੇਮ ਗੱਲ ਰਾਜਸਥਾਨ ਸਰਕਾਰ ਦਾ ਬਜਟ ਅਨਾਉਂਸ ਹੋਇਆ ਹੈ ਸਿਮਿਲਰਲੀ ਤੁਹਾਨੂੰ ਦੱਸਣਾ ਚਾਹਾਂਗਾ 24 2 2020 ਨੂੰ ਰਾਜਸਥਾਨ ਸਰਕਾਰ ਨੇ ਇੱਕ ਬਿਊਰੋ ਪੇਸ਼ ਕੀਤਾ ਕਿ ਅਸੀਂ ਤਕਰੀਬਨ 55000 ਇੱਕ ਸਾਲ ਚ ਅਸਾਮੀਆਂ ਭਰਨ ਜਾ ਰਹੇ ਹਾਂ ਕੀ ਕੀ ਭਰਨ ਜਾ ਰਹੇ ਯੂ نو ਵੈਰੀ ਵੈਲ ਗਾਇਸ ਤੁਸੀਂ ਪੂਰਾ ਨੋਟੀਫਿਕੇਸ਼ਨ ਉਹਨਾਂ ਦਾ ਰੀਡ ਕਰ ਸਕਦੇ ਹੋ ਸੋ ਥੈਟ ਗਵਰਨਮੈਂਟ ਤਾਂ ਉੱਥੇ ਵੀ ਕਾਂਗਰਸ ਦੀ ਹੈ ਬਟ ਇਹ ਚੀਜ਼ ਕਿਤੇ ਨਾ ਕਿਤੇ ਸਾਨੂੰ ਕਲੀਅਰ ਕਰਦੀ ਹੈ ਸੋ ਥੈਟ ਕਿ ਆਪਣਾ ਏਮ ਕੀ ਹੈ ਸਾਨੂੰ ਪਤਾ ਹੈ ਮੈਂ ਇਹ ਗੱਲ ਪਹਿਲਾਂ ਵੀ ਰਾਈਜ਼ ਕੀਤੀ ਸੀਗੀ ਮੇਰੀ ਗੱਲ ਨੂੰ ਪਲੀਜ਼ ਜ਼ਰੂਰ ਥੋੜਾ ਜਾਂ ਅਹ ਅਹਿਮ ਪੁਆਇੰਟ ਤੇ ਦੇਖਿਓ ਔਰ ਸੈਸ਼ਨ ਨੂੰ ਸ਼ੇਅਰ ਵੀ ਕਰਦੇ ਚੱਲੋ ਯਾਰ ਸੈਸ਼ਨ ਸ਼ੇਅਰ ਕਰਨਾ ਬਹੁਤ ਜ਼ਰੂਰੀ ਹੈ ਠੀਕ ਹੈ ਤਾਂ so that ki ਆਪਾਂ ਨੂੰ ਕਲੀਅਰ ਹੋ ਜਾਂਦਾ ਕਿ ਪੰਜਾਬ ਪੁਲਿਸ ਆ ਰਹੀ ਏ ਕਿ ਨਹੀਂ ਆ ਰਹੀ ਪਟਵਾਰੀ ਆ ਰਹੀ ਏ ਕਿ ਨਹੀਂ ਆ ਰਹੀ ਏ ਬਹੁਤ ਸਾਰੀਆਂ ਨੇ ਚੀਜ਼ਾਂ ਠੀਕ ਹੈ ਇਹ ਕਿਤੇ ਨਾ ਕਿਤੇ ਮਿਸ ਹੈਗਾ ਆ ਇਸ ਤੋਂ ਇਲਾਵਾ there is no update for ਬੇਰੋਜ਼ਗਰੀ ਪੱਤਾ ਬੇਰੋਜ਼ਗਰੀ ਪੱਤਾ ਜੋ ਇਹਨਾਂ ਨੇ ਪ੍ਰੋਮਿਸ ਕੀਤਾ ਸੀਗਾ ਕੋਈ ਵੀ ਅਪਡੇਟ ਨਹੀਂ ਹੈ ਦੋਸਤੋ ਮੈਂ ਇੱਥੇ ਬਿਲਕੁਲ ਵੀ ਗੁਰੇਜ਼ ਨਹੀਂ ਕਰਾਂਗਾ ਕਿ ਅਗਰ ਕੋਈ ਸਰਕਾਰ ਸਾਡੇ ਤੋਂ ਇਦਾਂ ਦੀ ਵੋਟ ਲੈ ਕੇ ਔਰ ਐਂਡ ਦਾ ਐਂਡ ਆਫ 5 ਸਾਲਾਂ ਦੇ ਸੈਸ਼ਨ ਪੂਰਾ ਹੁੰਦਾ ਆ 5 ਸਾਲ ਜਦੋਂ ਟਿਨਿਓਰ ਪੂਰਾ ਹੋਊਗਾ ਪਰ ਪੰਜਵੇਂ ਸਾਲ ਤੱਕ ਜਾਂ ਕੇ ਕਿਹਦੀ ਚੀਜ਼ ਕਰ ਦਿੰਦੇ ਨੇ ਪਰ ਇਹ ਉਸ ਟਾਈਮ ਇਹ ਨਹੀਂ ਕਹਿਣਗੇ ਕਿ ਅਸੀਂ ਤੁਹਾਨੂੰ 2017 ਤੋਂ ਲੈ ਕੇ 2022 ਦੇ ਵਿੱਚ ਇਹ ਕਹਿਣਗੇ ਬੈਕ ਐਂਡ ਤੋਂ ਨਹੀਂ ਦੇਵਾਂਗੇ ਮਤਲਬ ਕਿ ਚੀਜ਼ਾਂ ਇਹ ਨੇ ਉਸ ਤੋਂ ਬਾਅਦ ਥੇਅਰ ਇਜ਼ ਨੋ ਅਪਡੇਟ ਟੂ ਮਿਨੀਮਮ ਸੈਲਰੀ ਫਾਰ ਦਾ ਪ੍ਰਾਈਵੇਟ ਐਮਪਲੋਈ ਅਸੀਂ ਜਿਵੇਂ ਆਪਾਂ ਪਹਿਲਾਂ ਵੀ ਤਾਂ ਡਿਸਕਸ ਕੀਤਾ ਸੀਗਾ ਕਿ ਹਰ ਕਿਸੇ ਨੂੰ ਸਰਕਾਰੀ ਨੌਕਰੀ ਤੁਸੀਂ ਨਹੀਂ ਦੇ ਸਕਦੇ ਹੋ ਤਾਂ ਇਨਫੈਕਟ ਤੁਸੀਂ ਇੱਕ ਮਿਨੀਮਮ ਜੋ ਪੈਕੇਜ ਹੈਗਾ ਉਹ ਬਣਾ ਦਿਓ ਕਿ ਅਗਰ ਪ੍ਰਾਈਵੇਟ ਜਿ ਗ੍ਰੈਜੂਏਸ਼ਨ ਹੈ ਬੀਐਡ ਬੀਐਡ ਗ੍ਰੈਜੂਏਸ਼ਨ ਹੈ ਟੈਟ ਪਾਸ ਹੈ ਅਗਰ ਕੋਈ ਪ੍ਰਾਈਵੇਟ ਇੰਸਟੀਚਿਊਟ 'ਚ ਟੀਚਿੰਗ ਕਰ ਰਿਹਾ ਹੈ ਤੁਹਦੀ ਫਿਕਸ ਸੈਲਰੀ ਅਨਾਉਂਸ ਕੀਤੀ ਜਾਵੇ ਕਿ ਹਾਂਜੀ ਇਸ ਤੋਂ ਘੱਟ ਇਸ ਬੰਦੇ ਨੂੰ ਨਹੀਂ ਰੱਖਣਾ ਤੁਸੀਂ ਜੋ ਕਿ ਤੁਹਾਡੀਆਂ ਹਦਾਇਤਾਂ ਨੂੰ ਪੂਰਾ ਕੁਆਲੀਫਾਈ ਕਰ ਰਿਹਾ ਹੈ ਜੋ ਤੁਹਾਡੇ ਨੋਰਮਸ ਨੇ ਉਹਨੂੰ ਪੂਰਾ ਕੁਆਲੀਫਾਈ ਕਰ ਰਿਹਾ ਹੈ ਸੋ ਦੈਟ ਇਸ ਚੀਜ਼ ਦਾ ਪੂਰਾ ਇਹਨਾਂ ਨੇ ਕਰਨਾ ਚਾਹੀਦਾ ਸੀਗਾ ਐਂਡ देयर इज नो ਅਪਡੇਟ ਫॉर द ਕੰਟਰੈਕਟ ਬੇਸਡ ਏਮਪਲੋਈ ਜਿਹਦੇ ਚ ਟੀਚਰਸ ਨੇ ਬਹੁਤ ਸਾਰੇ ਨੇ ਠੀਕ ਹੈ ਤਾਂ ਦੋਸਤੋ ਇਹ ਚੀਜ਼ਾਂ ਮੇਨਲੀ ਜੋ ਮੈਂ ਤੁਹਾਨੂੰ ਦੇਖਦਾ ਵਾਂ ਇਹ ਆਪਾਂ ਨੂੰ ਕੀ ਚਾਹੀਦੀ ਹੈ ਬੀਇੰਗ ਏ ਰਿਕਰੂਟਮੈਂਟ ਦੇ ਸੰਬੰਧ ਚ ਮੈਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਇਹ ਨਹੀਂ ਹੈ ਹਾਲਾਂਕਿ ਹਾਲਾਂਕਿ ਐਕਸਪੈਕਟੇਸ਼ਨ ਹਰ ਕਿਸੇ ਦੀਆਂ ਹੁੰਦੀਆਂ ਨਹੀਂ ਪੂਰੀਆਂ ਹੁੰਦੀਆਂ ਸੋ ਦੈਟ ਬਟ ਮੈਂ ਆਮ ਥਿੰਕਿੰਗ ਫੋਰ ਆਫਟਰ 3 ਇਅਰ ਕਿ ਇਟ ਸ਼ੁੱਡ ਬੀ ਡਨ ਗੱਲ ਕਰਦੇ ਹਾਂ ਸਟੇਟ ਡੈਪਟ ਸਟੇਟ ਦੇ ਉੱਪਰ ਟੋਟਲ ਕਰਜ਼ਾ ਕਿੰਨਾ ਹੋ ਜਾਏਗਾ ਲਗਭਗ 248 ਮਤਲਬ 2.48 ਲੱਖ ਕਰੋੜ ਰੁਪਇਆ ਮਾਰਚ 2021 ਤੱਕ ਪੰਜਾਬ ਤੇ ਕਰਜ਼ਾ ਹੋ ਜਾਏਗਾ ਹਰ ਸਾਲ ਪੰਜਾਬ ਤੇ ਕਰਜ਼ਾ ਵੱਧਦਾ ਜਾ ਰਿਹਾ ਹੈ ਠੀਕ ਹੈ ਇਸ ਤੋਂ ਬਾਅਦ ਨੈਕਸਟ ਗੱਲ ਕਰਦੇ ਹਾਂ ਕਿ ਕੈਬਨਟ ਮੀਟਿੰਗ ਫਰਡੇ ਨੂੰ ਜੋ ਵੀ ਹੋਈ ਸੀਗੀ ਉਹਦੇ ਸੰਬੰਧ ਦੇ ਵਿੱਚ ਹੈ ਗੱਲ ਕਰਦੇ ਹਾਂ ਟੋਟਲ ਇਹ ਡਿਸਾਈਡ ਕਰਦੇ ਕਿ ਟੋਟਲ 11th ਸੈਸ਼ਨ ਸੀਗਾ ਬਜਟ ਸੈਸ਼ਨ ਦਾ 11th ਵਾ ਸੈਸ਼ਨ ਸੀਗਾ ਇਹ ਔਰ 15ਵੀਂ ਪੰਜਾਬ ਦੀ ਵਿਧਾਨ ਸਭਾ ਹੈ ਸਾਰੀਆਂ ਚੀਜ਼ਾਂ ਇੰਪੋਰਟੈਂਟ ਨੋਟ ਕਰਾ ਰਿਹਾ ਹੈ ਬਜਟ ਸੈਸ਼ਨ ਦੇ ਵਿੱਚ ਗਾਰੰਟੀ ਹੈ ਕਿ ਸਿੰਗਲ ਕੁਐਸਚਨ ਆਊਟ ਨਹੀਂ ਹੋਏਗਾ ਕਿਸੇ ਵੀ ਐਗਜ਼ਾਮ 'ਚ ਬੈਠ ਜੇ ਰਿਗਾਰਡਿੰਗ ਪੰਜਾਬ ਦੇ ਤੁਹਾਨੂੰ ਇਹ ਪੁੱਛਿਆ ਜਾ ਸਕਦਾ ਹੈ ਕਿ ਬਜਟ ਸੈਸ਼ਨ ਦਾ ਬਜਟ ਇਜ਼ ਲਾਸ ਦਾ ਕਿੰਨਾ ਤੇ 11ਵਾਂ ਸੈਸ਼ਨ ਸੀਗਾ ਕਿਹੜੀ ਵਿਧਾਨ ਸਭਾ ਸੀਗੀ ਤੇ 15ਵੀਂ ਵਿਧਾਨ ਸਭਾ ਸੀਗੀ ਫਾਈਨੈਂਸਟ ਮਿਨਿਸਟਰ ਕੌਣ ਹੈ ਮਨਪ੍ਰੀਤ ਸਿੰਘ ਬਾਦਲ ਹੈ ਠੀਕ ਹੈ ਸੀਐਮ ਦਾ ਤੁਹਾਨੂੰ ਪਤਾ ਹੀ ਆਲਰੇਡੀ ਇਸ ਤੋਂ ਬਾਅਦ ਗੱਲ ਕਰਦੇ ਕਿ ਇਹਨਾਂ ਨੇ ਲਗਾਤਾਰ ਚੌਥਾ ਫਾਈਨੈਂਸ ਬਜਟ ਹੈ ਜੋ ਪੇਸ਼ ਕੀਤਾ ਆ ਟੋਟਲ ਗੱਲ ਕਰਦੇ ਬਜਟ ਕਿੰਨਾ ਸੀਗਾ ਤੇ 154805 ਲੱਖ ਕਰੋੜ ਰੁਪਿਆ ਹੋ ਗਿਆ ਅਗਰ ਇਸ ਬਜਟ ਨੂੰ ਦੇਣ ਤੋਂ ਬਾਅਦ ਪੰਜਾਬ ਤੇ ਕਰਜ਼ਾ ਕਿੰਨਾ ਹੈ 248 ਹੈ ਆਫਟਰ 댓 ਅਗਰ ਜੋ ਗੱਲ ਕਰਦੇ ਕਿ 2034 ਤੱਕ ਜੋ ਇੱਕ ਲੀਸ ਦੇ ਰੱਖੀ ਹੈ ਤਕਰੀਬਨ 10000 ਕਰੋੜ ਰੁਪਿਆ ਪੰਜਾਬ ਸਰਕਾਰ ਵਿਆਜ ਪਰ ਰਹੀ ਹੈ ਸੋ ਥੈਟ ਕਿ ਇਹ ਚੀਜ਼ਾਂ ਬਹੁਤ ਹੀ ਇੰਪੋਸੀਬਲ ਹੁੰਦੀਆਂ ਹੈ ਅ ਬਲਕਿ ਇੱਕ ਰਟਾ ਰਟਾ ਸ਼ਬਦ ਹੁੰਦਾ ਹੈ ਕਿ ਫਾਈਨਾਂਸ ਬਜਟ ਬਹੁਤ ਅੱਛਾ ਸੀਗਾ ਫਾਇਦਾ ਮਿਲੇਗਾ ਹੋਏਗਾ ਤਦ ਇੰਪਲੀਮੈਂਟ ਦੇਖਾ ਜਾਏਗਾ ਠੀਕ ਹੈ ਚਲੋ ਇਸ ਤੋਂ ਬਾਅਦ ਗੱਲ ਕਰਦੇ ਆਂ ਅਹਿਮ ਚੀਜ਼ਾਂ ਹੋਰ ਨੇ ਬਜਟ ਦੀ ਗੱਲ ਕਰਦੇ ਹਾਂ ਸਰਪਲਸ ਪਰ ਪਰਕਲੋਸ ਦਾ ਆਰਟੀਕਲ 174 ਦੇ ਤਹਿਤ ਆਫ ਕਨਸਟੀਟਿਊਸ਼ਨ ਆਫ ਇੰਡੀਆ ਦੇ ਮੁਤਾਬਿਕ ਇਹ ਬਜਟ ਫਾਈਨੈਂਸ ਬਜਟ ਹੁੰਦਾ ਜੋ ਬਜਟ ਹੁੰਦਾ ਆ ਉਸ ਨੂੰ ਪੇਸ਼ ਕੀਤਾ ਜਾਂਦਾ ਹੈ ਇਹਦੀ ਅਪਰੂਵਲ ਮਿਲਦੀ ਹੈ ਪਹਿਲਾਂ ਗਵਰਨਰ ਤੋਂ ਯਾਨੀ ਵੀ ਗਵਰਨਰ ਕੋਲ ਨੇ ਵੀਪੀ ਸਿੰਘ ਬਦਨੌਰ ਇਸ ਦਾ ਗਵਰਨਰ ਅਥਾਰਟੀ ਗਵਰਨਰ ਆਫ ਦਾ ਸਟੇਟ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਹੈ ਚਲੋ ਹੁਣ ਆਪਾਂ ਦੇਖਾਂਗੇ ਕੀ ਅਨਾਉਂਸਮੈਂਟ ਕੀ ਕੀ ਨੇ ਕੀ ਅਨਾਉਂਸਮੈਂਟ ਕੀ 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 ਮੇਨ ਮੇਨ ਅਨਾਉਂਸਮੈਂਟ ਕੀਤੇ ਗਏ ਨੇ ਫਰੀडम फाइਟਰ ਦੇ ਸਬੰਧ ਵਿੱਚ ਇਹਨਾਂ ਨੇ ਅਨਾਉਂਸਮੈਂਟ ਕੀਤਾ ਹੈ ਪੂਰੀ ਡਿਟੇਲ ਤੁਹਾਨੂੰ ਇੱਥੇ ਮਿਲ ਜਾਏਗੀ ਬਟ ਆਪਾਂ ਮੇਨ ਆਫ ਐਗਜ਼ਾਮ ਦੇ ਪੁਆਇੰਟ ਉਹਨਾਂ ਦੇਖਣਾ ਹੈ ਗੱਲ ਕਰਦੇ ਹਾਂ ਕਿ ਐਜੂਕੇਸ਼ਨ ਸੈਕਟਰ ਦੇ ਲਈ ਤਕਰੀਬਨ ਤਕਰੀਬਨ 1392 ਕਰੋੜ ਰੁਪਇਆ ਅਨਾਉਂਸ ਕੀਤਾ ਗਿਆ ਐਗਜ਼ਾਮ 'ਚ ਅਗਰ ਪੁੱਛਿਆ ਜਾਂਦਾ ਹੈ ਕਿ ਐਜੂਕੇਸ਼ਨ ਸੈਕਟਰ ਦੇ ਲਈ ਕਿੰਨਾ ਹੈ ਤਾਂ 1392 ਕਰੋੜ ਰੁਪਇਆ ਹੈ ਗੱਲ ਕਰਦੇ ਐਗਰੀਕਲਚਰ ਲਈ ਤਾਂ 1200 ਕਿੰਨਾ ਹੈ ਐਗਰੀਕਲਚਰ ਲਈ 1200 1250 12 ਮਾਫ ਕਰਨਾ 1252 ਕਰੋੜ ਰੁਪਇਆ ਹੈ ਅਤੇ এডਿਕੇਸ਼ਨ ਲਈ 1392 ਕਰੋੜ ਰੁਪਇਆ ਹੈ ਇਹ ਫੰਡ ਰੱਖਿਆ ਗਿਆ ਵਾ ਠੀਕ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਟੋਟਲ ਜਿਵੇਂ 650 ਕਰੋੜ ਰੁਪਇਆ ਹੈ ਇਹ ਰਿਜ਼ਰਵੇਸ਼ਨ ਸਕੀਮ ਜਿਵੇਂ ਕਿ ਬੁੱਢਾ ਨਾਲਾ ਬੁੱਢਾ ਨਾਲਾ ਵਿਖੇ ਹੋਏਗਾ 60 ਕਰੋੜ ਰੁਪਇਆ ਹੈ ਇਹ ਰਿਜ਼ਰਵੇਸ਼ਨ ਰੱਖਿਆ ਗਿਆ ਹੈ ਛੋਟੀ ਐਂਡ ਬੜੀ 나ੜੀ ਇਨ ਪਟਿਆਲਾ ਇਹਦੇ ਵਿਖੇ ਐ ਇਗਜ਼ਾਮ 'ਚ ਸਾਨੂੰ ਪੁੱਛਿਆ ਜਾ ਸਕਦਾ ਹੈ ਕਿ ਬੁੱਢਾ ਨਾਲਾ ਦੇ ਸਬੰਧ ਵਿੱਚ ਕਿੰਨਾ ਫੰਡ ਅਲਾਟ ਕੀਤਾ ਗਿਆ ਹੈ ਅਲੋਕੇਸ਼ਨ ਕੀਤਾ ਗਿਆ ਹੈ ਤਾਂ 650 ਕਰੋੜ ਰੁਪਇਆ ਸਾਨੂੰ ਯਾਦ ਰੱਖਣਾ ਹੋਵੇਗਾ ਹਾਲਾਂਕਿ ਪ੍ਰੀਵੀਅਸਲੀ ਇਗਜ਼ਾਮਸ ਦੇਖੀਏ ਤਾਂ ਕਿਉਂਕਿ ਪ੍ਰੀਵੀਅਸਲੀ ਇਗਜ਼ਾਮ ਕੋਈ 3 ਸਾਲਾਂ ਚ ਵੱਡੇ ਮੁਕੰਮਲ ਤੌਰ ਤੇ ਹੋਏ ਨਹੀਂ ਹੈ ਪਰ ਇਸ ਤੋਂ ਪਹਿਲਾਂ ਜੋ ਪਿਛਲੀ ਗਵਰਨਮੈਂਟ ਸੀ ਤਾਂ ਉਹਨਾਂ ਨੇ ਅਖੀਰਲੇ ਦੇ ਵਿੱਚ ਦਰਵਾਜ਼ੇ ਖੁੱਲੇ ਸੀ ਸਰਕਾਰੀ ਅਸਾਮੀਆਂ ਦੇ ਉਹ ਵੀ ਇੱਧਰ ਉੱਧਰ ਤੁਹਾਨੂੰ ਪਤਾ ਹੋ ਗਿਆ ਸੀਗਾ ਠੀਕ ਹੈ ਸੋ ਇਗਜ਼ਾਮਸ ਜੋ ਵੀ ਹੁੰਦੇ ਨੇ ਆਪਾਂ ਸੀਰੀਅਸ ਨੋਟ ਤੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿੰਨਾ ਬਜਟ ਕਿਸ ਲੈਵਲ ਤੇ ਗਿਆ ਕਿੰਨਾ ਨਹੀਂ ਗਿਆ ਕਲੀਅਰ ਹੈ ਸਮਝ ਕੇ ਪਾ ਰਹੇ ਹੋ ਜਿੱਥੋਂ ਤੱਕ ਆਪਾਂ ਗੱਲ ਕਰਦੇ ਹਾਂ ਕਿ ਟੋਟਲ ਜੀ ਗੱਲ ਕਰੀਏ ਪੂਰੇ ਬਜਟ ਦਾ ਲਗਭਗ 8% 8% ਹੈਗਾ ਸਿੱਖਿਆ ਨੂੰ ਦਿੱਤਾ ਗਿਆ ਹੈ ਯਾਨੀ ਟੋਟਲ ਬਜਟ ਦਾ 8% ਸਿੱਖਿਆ ਨੂੰ ਦਿੱਤਾ ਗਿਆ ਹੈ ਅਗਰ ਪੁੱਛਿਆ ਜਾਵੇ ਤੁਹਾਨੂੰ ਕਿ ਇਹੋ ਜਿਹਾ ਕਿਹੜਾ ਸੂਬਾ ਹੈ ਕਿ ਜਿਹੜਾ ਸਭ ਤੋਂ ਜ਼ਿਆਦਾ ਸਿੱਖਿਆ ਤੇ ਬਜਟ ਦਿੰਦਾ ਆ ਤਾਂ ਉਹ ਹੈਗਾ ਦਿੱਲੀ ਠੀਕ ਹੈ ਇਹ ਵੀ ਯਾਦ ਰੱਖਣਾ ਕਿ ਦਿੱਲੀ ਸਰਕਾਰ ਲਗਭਗ ਉਹ ਮੋਰ 30% ਬਜਟ ਹੁੰਦਾ ਉਹਨਾਂ ਦਾ ਸਿੱਖਿਆ ਤੇ ਜ਼ੋਰ ਹੁੰਦਾ ਸੋ ਥੈਟ ਇਸੇ ਕਰਕੇ ਉਹਨਾਂ ਦਾ ਉੱਥੋਂ ਦੇ ਲੋਕਾਂ ਨੇ ਹੈ ਉਹਨਾਂ ਨੂੰ ਸਿੱਖਿਆ ਦੇ ਦੌਰ ਤੇ ਔਰ ਸਮਾਜਿਕ ਸਤਰ ਦੇ ਦੌਰ ਤੇ ਉਹਨਾਂ ਨੂੰ ਚੂਜ਼ ਕੀਤਾ ਹੈ ਠੀਕ ਹੈ ਚਲੋ ਬਾਕੀ ਇਨਫੈਕਟ ਹੈ ਕਿ ਆਪਾਂ ਨੂੰ ਹਮੇਸ਼ਾ ਦੋ ਚੀਜ਼ਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗਾ ਇੱਥੇ ਵਕਤ ਵਾਪਸ ਤੋਂ ਵੀ ਪੀਪਲ ਆ ਰੀਡਿੰਗ ਵੀ ਪੀਪਲ ਆਰ ਲਰਨਿੰਗ ਡੇ ਬਾਈ ਡੇ ਆਪਾਂ ਪੜ ਰਹੇ ਹਾਂ ਹਮੇਸ਼ਾ ਕੀ ਹੁੰਦਾ ਨੇ ਕਿ ਲੀਡਰ ਹੁੰਦਾ ਉਹ ਕੀ ਜਿਵੇਂ ਕਿਸੇ ਨੂੰ ਕਹਿੰਦੇ 에ਜੰਟ 에ਜੰਟ ਉਹ ਹੁੰਦਾ ਆ ਕਿ ਉਹ ਕੀ ਕਰੇਗਾ ਨਾ ਪੂਰੀ ਠੰਡ ਦੇ ਵਿੱਚ ਤਾਂ ਤੁਹਾਨੂੰ ਫਰਿੱਜ ਵੇਚੇਗਾ ਔਰ ਪੂਰੀ ਗਰਮੀ 'ਚ ਹੀਟਰ ਵੇਚੇਗਾ ਲੀਡਰ ਹੁੰਦਾ ਹੈ ਹਮੇਸ਼ਾ ਝੂਠ ਨੂੰ ਪਾਲਿਸ਼ ਕਰਕੇ ਸੱਚ ਸੱਚ ਬਣਾ ਕੇ ਸਾਬਿਤ ਕਰ ਦੇਗਾ ਉਹ ਠੀਕ ਹੈ ਤਾਂ ਸੋ ਦੈਟ ਕੀ ਹੁੰਦਾ ਹੈ ਕਿ ਹਮੇਸ਼ਾ ਸਾਨੂੰ ਤੱਤ ਦੇਖਣੇ ਚਾਹੀਦੇ ਹੈ ਚਾਹੇ ਉਹ ਸਟੇਟ ਗਵਰਨਮੈਂਟ ਹੈ ਸੈਂਟਰ ਗਵਰਨਮੈਂਟ ਹੈ ਕਿਤੋਂ ਦੇ ਵੀ ਕਿਉਂਕਿ ਆਪਾਂ ਨੂੰ ਐਗਜ਼ਾਮ 'ਚ ਅਗਰ ਪੁੱਛਿਆ ਜਾਏਗਾ ਕਿ ਦੱਸੋ ਪੰਜਾਬ ਦਾ ਸਿੱਖਿਆ ਬਜਟ ਕਿੰਨੇ ਪਰਸੈਂਟ ਰਿਹਾ ਤਾਂ ਤੁਸੀਂ ਕਹਿ ਸਕਦੇ ਹੋ 8% ਹੁਣ ਇਥੋਂ ਕੋਈ ਲੀਡਰ ਸਾਨੂੰ ਕਹਦੇ ਜੀ ਅਦਰ ਸਟੇਟ ਨਾਲੋਂ ਬਹੁਤ ਬਹੁਤ ਬੱਲੇ ਬੱਲੇ ਜੀ ਫੱਟੇ ਚੱਕ ਤੇ ਤਾਂ ਸੋ ਥੈਟ ਇੱਥੇ ਬੱਲੇ ਬੱਲੇ ਫੱਟੇ ਚੱਕ অপਸ਼ਨ ਸਾਨੂੰ ਨਹੀਂ ਆਏਗਾ ਅਸੀਂ ਲੱਭਾਂਗੇ ਉੱਥੇ ਠੀਕ ਹੈ ਤਾਂ ਇਹਨਾਂ ਚੀਜ਼ਾਂ ਨੂੰ ਸਾਨੂੰ ਰਿਕਾਰਡ ਰਿਕਾਰਡਲੀ ਚੱਲਣਾ ਪੈਂਦਾ ਸੋ ਥੈਟ ਕਲੀਅਰ ਚਲੋ ਇਸ ਦੇ ਬਾਅਦ ਪਹਿਲੀ ਬਾਰ ਇੱਕ ਬਜਟ ਅਨਾਉਂਸ ਇਹ ਬਜਟ ਦੇ ਵਿੱਚ ਦਿੱਤਾ ਗਿਆ ਕਿ ای ਡਬਲਯੂ ਐਸ ਜੋ ਇਕਮਨਲੀ ਬਲਕਿ ਵੀਕਰ ਸੈਕਸ਼ਨ ਹੈ 5000 ਰੁਪਿਆ 5000 ਹਾਊਸਸਸ ਨੇ 5000 ਨਾਟੇ 5000 ਹਾਊਸਸਸ ਬਣਾਏ ਜਾਣਗੇ ਅਰਬਨ ਪੂਰ ਦੇ ਵਿੱਚ ਠੀਕ ਹੈ ਇਹ ਵੀ ਤੁਹਾਨੂੰ ਯਾਦ ਰੱਖਣਾ ਹੋਏਗਾ ਇਸ ਤੋਂ ਬਾਅਦ ਨੈਕਸਟ ਹੈ 1705 ਕਰੋੜ ਰੁਪਏ ਫੋਰ ਕਾਦੇ ਵਾਸਤੇ ਪ੍ਰੋਵਾਈਡਿੰਗ ਸਬਸਿਡੀ ਹੈਗੇ ਇਹ ਕਾਦੇ ਵਾਸਤੇ ਐਸੀ ਬੀਪੀਐਲ ਯਾਨੀ ਬਿਲੋ ਪਾਵਰਟੀ ਲਾਈਨ ਐਂਡ ਫਰੀडम फाइਟਰਸ ਨੇ ਇਹਨਾਂ ਦੇ ਵਾਸਤੇ ਯਾਨੀ 1705 ਕਰੋੜ ਰੁਪਏ ਇਹਨਾਂ ਵਾਸਤੇ ਸਬਸਿਡੀ ਕਾਦੇ ਵਾਸਤੇ ਪਾਵਰ ਦੀ ਹੈ ਹੁਣ ਕਿੰਨੀ ਦਿੱਤੀ ਜਾ ਰਹੀ ਹੈ ਕਿੰਨੇ ਯੂਨਿਟ ਤੁਹਾਨੂੰ ਦਿੱਤੀ ਜਾ ਰਹੀ ਹੈ ਇਹ ਤੁਸੀਂ ਬੈਟਰ ਸਮਝ ਸਕਦੇ ਹੋ ਠੀਕ ਹੈ ਕਿਉਂਕਿ ਸਰਪਲਸਸ ਬਹੁਤ ਜ਼ਿਆਦਾ ਟੈਕਸ ਹੁੰਦਾ ਹੈ ਕਈ ਵਾਰੀ ਗਵਰਨਮੈਂਟਸ ਕਹਿ ਦਿੰਦੀ ਅਸੀਂ ਤੇ 4 4 4 ਰੁਪਏ ਯੂਨਿਟ ਲਾ ਰਹੇ ਹਾਂ 5 ਰੁਪਏ ਯੂਨਿਟ ਹੈ ਮੈਨੂੰ ਨਹੀਂ ਲੱਗਦਾ ਕਿ 6 7 7 ਰੁਪਏ ਯੂਨਿਟ ਤੋਂ نیچے ਕੋਈ ਬਿਜਲੀ ਹੋਏਗੀ ਬਟ ਕਈ ਵਾਰੀ ਇਹਨਾਂ ਦੇ ਉੱਪਰ ਚਾਰਜਸ ਜੋ ਹੁੰਦਾ ਹੈ ਉਸ ਦੀ ਵਜ੍ਹਾ ਨਾਲ ਤੁਹਾਡਾ ਬਿੱਲ ਬਹੁਤ ਜ਼ਿਆਦਾ ਬਣ ਜਾਂਦਾ ਹੈ ਸਾਨੂੰ ਯਾਦ ਰੱਖਣਾ ਹੋਏਗਾ ਅਗਰ ਐਗਜ਼ਾਮ 'ਚ ਪੁੱਛਿਆ ਜਾਂਦਾ ਹੈ ਕਿ ਈਡਬਲਯੂਐਸ ਹਾਊਸਸ ਜਿਹੜੇ ਬਣਾਏ ਜਾਣਗੇ ਅਰਬਨ ਪੂਰ ਦੇ ਵਿੱਚ ਜੋ ਅਰਬਨ ਪੂਰ ਹੈ ਉਹਨਾਂ ਲਈ ਤਾ ਕਿੰਨੇ ਹਾਊਸੇਸ ਰੱਖੇ ਗਏ ਨੇ 5000 ਦੂਸਰਾ ਹੈ एग्जाम ਦੇ ਪੁਆਇੰਟ ਉਪਰ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਜੋ ਕਿ ਜੋ ਪਾਵਰ ਸਪਲਾਈ ਹੈ ਜੋ ਪਾਵਰ ਹੈ ਬਿਜਲੀ ਪਿੰਡਾਂ ਦੇ ਵਿੱਚ ਯਾ ਗੱਲ ਕਰਦੇ ਆਂ ਇਹ ਕਿਹੜੇ-ਕਿਹੜੇ categories ਨੂੰ ਜਿਵੇਂ ਕਿ SC ਹੈ BPL ਹੈ ਅਤੇ ਫਰੀडम फाइਟਰ ਤਿੰਨਾਂ ਦਾ ਇੱਥੇ ਬਿਉਰਾ ਦਿੱਤਾ ਗਿਆ ਇਹਨਾਂ ਲਈ ਟੋਟਲ ਕਿੰਨਾ ਬਜਟ ਰੱਖਿਆ ਗਿਆ ਤਾਂ 1705 ਕਰੋੜ ਰੁਪਏ ਰੱਖਿਆ ਗਿਆ ਇਹ ਵੀ ਤੁਹਾਨੂੰ ਯਾਦ ਰੱਖਣਾ ਹੋਵੇਗਾ ਠੀਕ ਹੈ ਚਲਿਓ ਹੁਣ ਤੁਸੀਂ ਯਾਦ ਕਿਵੇਂ ਰੱਖੋਗੇ ਹੁਣ ਸਵਾਲ ਆ ਜਾਂਦਾ ਸਰ ਅਸੀਂ ਯਾਦ ਕਿਵੇਂ ਰੱਖੀਏ ਦੇਖੋ ਆਪਾਂ ਤੁਸੀਂ ਯਾਦ ਰੱਖਣਾ ਕਿ ਅਸੀਂ ਲਾਈਟ ਦਾ ਕਨੈਕਸ਼ਨ ਲਵਾਉਣਾ ਹੈ ਤਾਂ ਸਾਨੂੰ 1705 ਰੁਪਏ ਦੇਣੇ ਹੀ ਪੈਣਗੇ ਗੱਲ ਖਤਮ ਹੈ ਕਿਉਂਕਿ ਜਨਰਲੀ ਆਪਾਂ ਨੂੰ ਪਤਾ ਆ ਕਿ ਤੁਸੀਂ ਜੇ ਪਟਿਆਲਾ ਤੋਂ ਬਠਿੰਡੇ ਜਾਣਾ ਆ ਜਾਂ ਪਟਿਆਲਾ ਤੋਂ ਤੁਸੀਂ ਚੰਡੀਗੜ੍ਹ ਜਾਣਾ ਆ ਜੇ ਪਾ ਚੰਡੀਗੜ੍ਹ ਤੋਂ ਦਿੱਲੀ ਜਾਣਾ ਹੈ ਤੇ ਇੰਨਾ ਕਿਰਾਇਆ ਹੈ ਸੋ ਦੈਟ ਕਲੀਅਰ ਤੇ ਇਹ ਚੀਜ਼ਾਂ ਸਾਡੇ ਦਿਮਾਗ 'ਚ ਵੈਸੇ ਜਨਰਲੀ ਰਹਿ ਜਾਣਗੀਆਂ ਤੁਸੀਂ ਪ੍ਰੋਪਰਲੀ ਕੇਅਰਫੁਲ ਇਹਨਾਂ ਤਰੀਕਿਆਂ ਨਾਲ ਦੇਖੋਗੇ ਠੀਕ ਹੈ ਇਸ ਤੋਂ ਬਾਅਦ ਗੱਲ ਪੁੱਛਿਆ ਜਾ ਸਕਦਾ ਹੈ ਕਿ ਬਾਰਡਰ ਏਰੀਆ ਡਵੈਲਪਮੈਂਟ ਬਾਰਡਰ ਏਰੀਆ ਡਵੈਲਪਮੈਂਟ ਜਿਵੇਂ ਕਿ ਐਂਡ ਇਹਨਾਂ ਨੇ ਰੱਖਿਆ ਕਿ ਕੰਡੀ ਏਰੀਆ ਡਵੈਲਪਮੈਂਟ ਜੋ ਪ੍ਰੋਗਰਾਮ ਹੈ ਇਹਦੇ ਤਹਿਤ ਇਹਨਾਂ ਨੇ 100 ਕਰੋੜ ਰੁਪਏ ਅਨਾਉਂਸ ਕੀਤਾ ਹੈ 100 ਕਰੋੜ ਰੁਪਏ ਰੱਖਿਆ ਗਿਆ ਹੈ ਹੁਣ ਕਿਦਾਂ ਇਨਵੈਸਟ ਹੋਏਗਾ ਕਿਦਾਂ ਨਹੀਂ ਹੋਏਗਾ ਬਟ ਐਗਜ਼ਾਮ ਦੇ ਪੁਆਇੰਟ ਆ ਅਸੀਂ ਇਹਨਾਂ ਨੂੰ ਯਾਦ ਰੱਖਣਾ ਹੈ ਠੀਕ ਹੈ ਇਸ ਤੋਂ ਬਾਅਦ ਇੱਕ ਗੱਲ ਹੋਰ ਹੈਗੀ ਹੈ ਕਿ ਗ੍ਰਾਂਟ ਇਨ ਏਡ ਜਿਵੇਂ ਯੂਨੀਵਰਸਿਟੀਆਂ ਇਨਕਰੀਜ਼ ਬਾਈ 6% ਇਹਨਾਂ ਦਾ ਕੀਤਾ ਜਾ ਰਿਹਾ ਹੈ ਠੀਕ ਹੈ ਬਟ ਇੱਥੇ ਇੱਕ ਚੀਜ਼ ਮਿਸਿੰ ਮਿਸਿੰਗ ਕੀ ਹੈ ਕਿ ਜਿਵੇਂ ਕੀ ਗੱਲ ਕਰਦੇ ਆਂ ਤਕਰੀਬਨ ਤਕਰੀਬਨ ਇਹ ਗੱਲ 2019 ਦੇ ਵਿੱਚ ਇਹ ਨਿਊਜ਼ ਆਈ ਸੀਗੀ ਜੂਨ ਅਤੇ ਜੁਲਾਈ ਦੇ ਵਿੱਚ ਜੂਨ ਅਤੇ ਜੁਲਾਈ ਦੇ ਵਿੱਚ ਆਈ ਸੀ ਵੀ ਲਗਭਗ 1386 1386 ਪ੍ਰੋਫੈਸਰ ਅਤੇ ਅਸਿਸਟੈਂਟ ਪ੍ਰੋਫੈਸਰ ਦੀਆਂ ਰਿਕਰੂਟਸ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਅਤੇ ਕਾਲਜਿਸਟ ਪੈਂਡਿੰਗ ਨੇ ਹਰ ਸਾਲ ਇੱਕ ਬਹੁਤ ਹੀ ਬਲਕਿ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਮੇਨਲੀ ਗਵਰਨਮੈਂਟਸ ਦੇ ਐਜੰਡੇ ਇਦਾਂ ਦੇ ਹੋਣੇ ਚਾਹੀਦੇ ਨੇ ਸਾਨੂੰ ਪਤਾ ਹੈ ਕਿ ਹਰ ਸਾਲ ਕੀ ਹੁੰਦਾ ਨਾ ਕਿ ਯੂਨੀਵਰਸਿਟੀਆਂ ਦੇ ਲੈਟਰ ਆਊਟ ਹੁੰਦੇ ਨੇ ਕਿ ਠੇਕੇ ਤੇ 1 ਸਾਲ ਤੇ ਕੰਟਰੈਕਟ ਬੇਸ ਤੇ ਰੱਖਿਆ ਜਾਣਾ ਸੋ ਥੈਟ ਇਹ ਚੀਜ਼ਾਂ ਰੈਗੂਲਰਲੀ ਹੋਣੀਆਂ ਚਾਹੀਦੀਆਂ ਇੱਥੇ ਇਹਦਾ ਬਿਊਰਾ ਨਹੀਂ ਹੈ ਇਹ ਪਾਰਟ ਆਫ ਦਾ ਬਜਟ ਹੈ ਸੋ ਥੈਟ ਮੈਂ ਇਸ ਤੇ ਸਿਰਫ ਇੰਨੀ ਚੀਜ਼ ਨਾਲ ਦਿਨਾਂ ਸਾਂਝੀ ਕਰਾਂਗਾ ਨੈਕਸਟ ਹੈ ਇਹ ਲੋਕ ਕਾਲਜ ਬਣਾਉਣ ਦੀ ਗੱਲ ਰੱਖੀ ਗਈ ਹੈ ਕਿੱਥੇ ਰੱਖੀ ਗਈ ਹੈ ਪੱਟੀ ਅਤੇ ਓਪਨ ਯੂਨੀਵਰਸਿਟੀ ਇਨ ਪਟਿਆਲਾ ਵਿਖੇ ਠੀਕ ਹੈ ਤਾਂ ਇਹ ਤੁਸੀ ਯਾਦ ਰੱਖਣਾ ਹੋਏਗਾ ਚਲੋ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ 19 ਅਗਲੇ ਆਈਟੀਆਈ ITI ਹੈ ਉਹ ਸਟੈਬਲਿਸ਼ ਕੀਤੇ ਜਾਣਗੇ तकरीबन ਉਹਨਾਂ ਲਈ 75 ਕਰੋੜ ਰੁਪਿਆ ਬਜਟ ਰੱਖਿਆ ਗਿਆ 75 ਕਰੋੜ ਰੁਪਿਆ ਫੰਡ ਇੱਥੇ ਰੱਖਿਆ ਗਿਆ ਹੈ ਕਾਦੇ ਲਈ 19 ਨਵੇਂ ITI ਇੰਸਟੀਚੂਟ ਬਣਾਏ ਜਾਣਗੇ ਇਸ ਤੋਂ ਬਾਅਦ ਗੱਲ ਕਰਦੇ ਹਾਂ ਪੋਲੀਟੈਕਨੀਕਲ ਦੇ ਲਈ ਪੋਲੀਟੈਕਨੀਕਲ ਪੰਜ ਪੰਜ ਜਗ੍ਹਾ ਤੇ ਬਣਾਇਆ ਜਾਏਗਾ ਜਿੱਥੋਂ ਤੱਕ ਗੱਲ ਕਰਦੇ 41 ਕਰੋੜ ਰੁਪਿਆ ਇੱਥੇ ਫੰਡ ਰੱਖਿਆ ਗਿਆ ਵੈ एग्जाम ਦੇ ਪੁਆਇੰਟ ਆਫ ਨਾਲ ਇਹ ਵੀ ਚੀਜ਼ਾਂ ਤੁਹਾਨੂੰ ਯਾਦ ਰੱਖਣੀਆਂ ਪੈਣਗੀਆਂ ਟੋਟਲ ਕਿੰਨਾ ਰੱਖਿਆ ਗਿਆ 41 ਕਰੋੜ ਰੁਪਇਆ ਇਹਦੇ ਲਈ ਅਲੋਕੇਟ ਕੀਤਾ ਗਿਆ ਵਾ ਤੁਸੀਂ ਇਹ ਵੀ ਯਾਦ ਰੱਖਣਾ ਹੈ ਪੋਲੀਟੈਕਨਿਕਲ ਲਈ ਠੀਕ ਹੈ ਇਸ ਤੋਂ ਬਾਅਦ ਨੈਕਸਟ ਆ ਜਾਂਦਾ ਸਾਡੇ ਕੋਲੇ ਆਈ ਸੀ ਯੂ ਆਲ ਦਾ ਡਿਸਟ੍ਰਿਕਟ ਹਸਪੀਟਲ ਲਈ ਟੋਟਲ ਕਿੰਨਾ ਰੱਖਿਆ ਗਿਆ 15 ਕਰੋੜ ਰੁਪਏ ਰੱਖਿਆ ਗਿਆ ਹੈ ਠੀਕ ਹੈ 15 ਕਰੋੜ ਰੁਪਏ ਰੱਖਿਆ ਗਿਆ ਹੈ ਔਰ ਇਸ ਬਜਟ ਦੇ ਵਿੱਚ ਇੱਕ ਮੇਨ ਚੀਜ਼ ਹੋਰ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਇੱਥੇ ਜੋ ਕਿ ਟਰੀਟਮੈਂਟ ਹੁੰਦਾ ਹੈ ਗਵਰਨਮੈਂਟ ਆਫ ਇੰਡੀਆ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਹੈਗੀ ਹੈ आयुष्मान भारत याद रखना है आयुष्मान आयुष्मान भारत एक स्कीम है जिदिच ਤੁਹਾਡਾ 5 ਲੱਖ ਰੁਪਏ ਦਾ ਕੀ ਹੁੰਦਾ ਇੱਕ ਬੀਮਾ ਹੁੰਦਾ ਆ ਠੀਕ ਹੈ ਉਸ ਦੀਆਂ ਕੁਝ ਟਰਮਸ ਨੇ ਕੁਝ ਹਦਾਇਤਾਂ ਨੇ ਉਹਦੇ ਤਹਿਤ ਤੁਸੀਂ ਜੋ ਵੀ ਗਵਰਨਮੈਂਟ ਆਫ ਇੰਡੀਆ ਦੇ ਇੱਕ ਕੀ ਮੈਂ ਕਹਾਂਗਾ ਕਿ ਜੋਨ ਦੇ ਅੰਡਰ ਜੋ ਹਸਪੀਟਲ ਆਏਗਾ ਉਥੋਂ ਤੁਸੀਂ ਟ੍ਰੀਟਮੈਂਟ ਕਰਾ ਸਕਦੇ ਹੋ ਕਲੀਅਰ ਹੈ ਇਸੇ ਨੂੰ ਪੰਜਾਬ ਸਰਕਾਰ ਨੇ ਸਿਹਤ ਬੀਮਾ ਦੇ ਤਹਿਤ ਠੀਕ ਹੈ ਸਿਹਤ ਬੀਮਾ ਦੇ ਤਹਿਤ ਕੁਝ ਐਦਾਂ ਦਾ ਇੱਕ ਬਣਾਇਆ ਹੋਇਆ ਹੈਗਾ ਸੋ ਥੈਟ ਮੈਂ ਤੁਹਾਡੇ ਨਾਲ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਪੁਆਇੰਟ ਕਿ ਉਹਦੇ ਤਹਿਤ ਵੀ ਪੰਜਾਬ ਸਰਕਾਰ ਟ੍ਰੀਟਮੈਂਟ ਦਿੰਦੀ ਹੈ ਬਟ ਇੱਥੇ ਗੱਲ ਕਰੀਏ ਕਿ ਮੇਨਲੀ ਕੋਈ ਵੀ ਐਦਾਂ ਦਾ ਸਪੈਸ਼ਲ ਪੁਆਇੰਟ ਐਡ ਨਹੀਂ ਕੀਤਾ ਗਿਆ ਕਿ ਅਸੀਂ ਅਗਰ ਕਿਸੇ ਨੂੰ ਫ੍ਰੀ ਟ੍ਰੀਟਮੈਂਟ ਦੇ ਸਬੰਧ ਚ ਕੋਈ ਵੀ ਚੀਜ਼ ਮੈਂਸ਼ਨ ਇੱਥੇ ਨਹੀਂ ਹੋਈ ਹੈ ਕਲੀਅਰ ਹੈ ਚਲੋ ਗੱਲ ਕਰਦੇ ਨੈਕਸਟ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਵਿਖੇ 104 ਕਰੋੜ ਰੁਪਿਆ ਅਤੇ 76 ਕਰੋੜ ਰੁਪਿਆ ਅੰਡਰ 스마트 ਸਿਟੀ ਪ੍ਰੋਜੈਕਟ ਦੇ ਤਹਿਤ ਰੱਖਿਆ ਗਿਆ ਵਾ ਔਰ ਇਹ ਤਾਂ 스마트 ਸਿਟੀ ਬਲਕਿ ਪਿਛਲੇ ਚ ਵੀ ਸੀਗਾ ਔਰ ਇਦੋਂ ਪਿਛਲੇ ਚ ਵੀ ਸੀਗਾ ਹੁਣ 스마트 ਬਣਿਆ ਹੈ ਯਾ ਕਮਲਾ ਬਣਿਆ ਇਹ ਤੁਹਾਨੂੰ ਪਤਾ ਹੈ ਬਟ ਸਾਨੂੰ ਇਗਜ਼ਾਮ ਚ ਅਗਰ ਪੁੱਛਿਆ ਜਾਂਦਾ ਤੇ ਲੁਧਿਆਣਾ ਵਿਖੇ ਅਮ੍ਰਿਤਸਰ ਦਾ ਅਸੀਂ ਨਾਮ ਦੇਣਾ ਹੈ ਲੁਧਿਆਣਾ ਵਿਖੇ 104 4 ਹੈ ਤੇ 76 ਕਰੋੜ ਰੁਪਿਆ ਕਾ ਦੇ ਲਈ ਅਮ੍ਰਿਤਸਰ ਵਿਖੇ ਰੱਖਿਆ ਗਿਆ ਵਾ ਠੀਕ ਹੈ ਚਲੋ ਜੀ ਇਸ ਤੋਂ ਬਾਅਦ ਨੈਕਸਟ ਗੱਲ ਕਰਦੇ ਹਾਂ ਨੈਕਸਟ ਹੈ 4150 4150 ਐਡੀਸ਼ਨਲ ਜੋ ਕਲਾਸਰੂਮ ਨੇ ਇਹ ਬਣਾਏ ਜਾਣਗੇ ਕੰਸਟਰਕਟਡ ਕੀਤਾ ਜਾਏਗਾ ਲਗਭਗ ਇਹਦੇ ਲਈ 100 ਕਰੋੜ ਰੁਪਏ ਰੱਖਿਆ ਗਿਆ ਮੈਂ ਇੱਥੇ ਗੱਲ ਐਡ ਕਰਨਾ ਚਾਹਾਂਗਾ ਗਵਰਨਮੈਂਟ ਆਫ ਪੰਜਾਬ ਕਹਿ ਰਹੀ ਹੈ ਬਾਰ-ਬਾਰ ਕਿ ਤਕਰੀਬਨ ਇਹਦੇ ਚ 55500 ਸਮਾਰਟ 55500 ਸਮਾਰਟ ਸਕੂਲ ਬਣਾਏ ਗਏ ਨੇ ਪੰਜਾਬ ਦੇ ਵਿੱਚ ਠੀਕ ਹੈ ਇਹ ਇਹਨਾਂ ਦੇ ਤਹਿਤ ਯਾਨੀ ਇਹਨਾਂ ਨੇ ਇਹ ਗੱਲ ਰੱਖੀ ਹੈ ਕਿ ਅਸੀਂ ਅਪਕਮਿੰਗ ਇਹਨੂੰ ਅਪਗ੍ਰੇਡ ਕਰਾਂਗੇ ਤਕਰੀਬਨ ਇਹਨਾਂ ਦੇ ਥਰੂ ਹੀ ਇਸੇ ਮਾਡਲ ਦੇ ਤਹਿਤ ਲਗਭਗ 4400 4500 ਐਡੀਸ਼ਨਲ ਕਲਾਸਰੂਮ ਕੰਸਟਰਕਟਡ ਕੀਤੇ ਜਾਣਗੇ ਔਰ ਇਹਦੇ ਲਈ ਟੋਟਲ 100 ਕਰੋੜ ਰੁਪਏ ਫੰਡ ਰੱਖਿਆ ਗਿਆ ਵਾ ਨੈਕਸਟ ਗੱਲ ਕਰਦੇ ਹਾਂ 75 ਕਰੋੜ ਰੁਪਏ ਹੈ ਇਹ ਅਲੋਕੇਟ ਕੀਤਾ ਗਿਆ ਹੈ ਕਦ ਲਈ ਰਿਪੇਅਰ ਕਰਨਾ ਹੈ ਅਨਸੇਫ ਜੋ ਪੰਜਾਬ ਸਕੂਲਸ ਦੀਆਂ ਬਿਲਡਿੰਗਸ ਨੇ ਉਹਨਾਂ ਦੇ ਲਈ 75 ਕਰੋੜ ਰੁਪਏ ਇੱਥੇ ਅਨਾਉਂਸ ਕੀਤਾ ਗਿਆ ਹੈ ਠੀਕ ਹੈ ਪੁਰਾਣੀਆਂ ਬਿਲਡਿੰਗਾਂ ਹੈ ਤੇ ਇਹਨਾਂ ਦੇ ਸਬੰਧ ਵਿੱਚ ਹੈ ਠੀਕ ਹੈ ਹਾਲਾਂਕਿ ਇਹ ਕੋਈ ਜਿਆਦਾ ਕੁਐਸਚਨ ਇੰਪੋਰਟੈਂਟ ਨਹੀਂ ਹੈ ਬਟ ਸਾਨੂੰ ਵੀ ਇਸ ਦੇ ਕਿਉਂਕਿ ਵੀ ਪੀਪਲ ਆਰ ਕਿੱਥੋਂ ਨੇ ਆਪਾਂ ਪੰਜਾਬ ਛੋਏ ਨੈਕਸਟ ਗੱਲ ਕਰਦੇ ਹਾਂ 259 ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਗਭਗ 10 ਕਿਲੋਮੀਟਰ ਬਲਕ ਮਾਫ ਕਰਨਾ 10 ਕਿਲੋਵਾਟ ਸੋਲਰ ਪਲਾਂਟਸ ਇਹਨਾਂ ਨੇ ਲਾਉਣ ਦੀ ਸਕੀਮ ਰੱਖੀ ਗਈ ਹੈ ਠੀਕ ਹੈ ਇਹ ਵੀ ਤੁਸੀਂ ਐਗਜ਼ਾਮ ਦੇ ਪੁਆਇੰਟ ਆਫ ਨਾਲ ਯਾਦ ਰੱਖਣਾ ਹੋਏ ਸੋ ਆਪਾਂ ਨੂੰ ਇੱਥੋਂ ਤੱਕ ਇਹ ਚੀਜ਼ਾਂ ਯਾਦ ਰੱਖਣੀਆਂ ਪੈਣੀਆਂ ਹੈ ਕਲੀਅਰ ਹੈ ਨੈਕਸਟ ਦੇਖਾਂਗੇ ਆਪਾਂ ਹੈਡਲਾਈਨ ਕੀ ਹੈ 100 ਕਰੋੜ ਰੁਪਏ ਅਲੋਟਡ ਕੀਤੇ ਗਏ ਨੇ ਡਿਜੀਟਲ ਐਜੂਕੇਸ਼ਨ ਲਈ ਗਵਰਨਮੈਂਟ ਸਕੂਲਸ ਦੇ ਅੰਦਰ ਠੀਕ ਹੈ ਇਹ ਵੀ ਤੁਹਾਨੂੰ ਯਾਦ ਰੱਖਣਾ ਪਏਗਾ ਇਸ ਤੋਂ ਬਾਅਦ ਗੱਲ ਕਰਦੇ ਆ ਮੋਸਟ ਇੰਪੋਰਟੈਂਟ ਵੱਡੇ ਵੱਡੇ ਅੱਖਰਾਂ 'ਚ ਲਿਖਦਾ ਮੈਂ ਸੋਕ ਹਾਂਜੀ ਛੋਟੇ ਕਿ ਹੋਰ ਵੀ ਵੱਡੇ ਲਿਖੀਏ 100 ਕਰੋੜ ਰੁਪਇਆ ਕਹਿੰਦੇ ਜੀ ਅਸੀਂ ਰੱਖਿਆ ਹੈ ਕਾਦੇ ਲਈ 100 ਕਰੋੜ ਰੁਪਇਆ ਰੱਖਿਆ ਹੈਗਾ ਕਿ ਪੰਜਾਬ ਦੀ ਯੂਥ ਨੂੰ ਵੱਡੇ ਵੱਡੇ ਸਮਾਰਟਫੋਨ ਦੇਣ ਲਈ ਠੀਕ ਹੈ ਕਿਉਂਕਿ ਇਸ ਵਕਤ ਸਮਾਰਟਫੋਨਾਂ ਨੂੰ ਕੀ ਹੈ ਇੱਥੇ ਮੈਂ ਤੁਹਾਨੂੰ ਸਮਾਰਟਫੋਨ ਬਣਾ ਕੇ ਦੇ ਦਿੰਨਾ ਹੈ ਸਕਰੀਨ ਟੱਚ ਵਾਲਾ ਨਾ ਠੀਕ ਹੈ ਵਿਚਾਲੇ ਇੱਥੇ ਕਹਿੰਦੇ ਵੀ ਚਾਈਨਾ ਦੇ ਵਿੱਚ ਕਰੋਨਾ ਵਾਇਰਸ ਹੈਗਾ ਇਸ ਕਰਕੇ ਫੋਨਾਂ ਨੂੰ ਵਾਇਰਸ ਹੋਇਆ ਹੋਇਆ ਹੁਣ ਇਹ ਬਾਅਦ ਚ ਮਿਲਣਗੇ ਠੀਕ ਹੈ ਚਲਿਏ ਫਿਲਹਾਲ ਗੱਲ ਕਰਦੇ ਹਾਂ ਮੇਨਲੀ ਇੰਪੋਰਟੈਂਟ ਜੋ ਕੁਐਸਚਨਸ ਨੇ 12ਵੀਂ ਤੱਕ ਦੀ ਸਿੱਖਿਆ ਹੈ ਇਹ ਬਿਲਕੁਲ ਫ੍ਰੀ ਆਫ ਕੋਰਸ ਦੇਣ ਦੀ ਗੱਲ ਰੱਖੀ ਹੈ ਨਾ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਇਹ ਨਹੀਂ ਆ ਕਿ ਕਿਸੇ ਵੀ ਪ੍ਰਾਈਵੇਟ ਸਕੂਲ 'ਚ ਤੁਹਾਡੀ ਗਵਰਨਮੈਂਟ ਆਫ ਪੰਜਾਬ ਫੀਸ ਭਰੇਗੀ ਇੱਥੋਂ ਤੱਕ ਗੱਲ ਰੱਖੀ ਹੈ ਕਿ ਅਰਲੀਅਰ ਸੀਗਾ 8ਵੀਂ ਤੱਕ ਦਾ ਸੀਗਾ ਠੀਕ ਹੈ ਓਨਲੀ ਫੋਰ ਦਾ ਗਰਲਸ ਗੱਲ ਹੋਈ ਹੈ ਠੀਕ ਹੈ ਔਰ ਇਸ ਨੂੰ ਐਕਸੈਸ ਕੀਤਾ ਜਾ ਰਿਹਾ 12th ਤੱਕ ਠੀਕ ਹੈ ਨਾਓ ਆਲ ਦਾ ਚਿਲड्रन ਟੂ ਗੈਟ ਫ੍ਰੀ ਐਜੂਕੇਸ਼ਨ ਠੀਕ ਹੈ ਇਹ ਗੱਲ ਰੱਖੀ ਗਈ ਹੈ 25 ਕਰੋੜ ਰੁਪਏ ਗੱਲ ਰੱਖ ਇਹਨਾਂ ਨੇ ਜੋ ਬਜਟ ਦੇ ਵਿੱਚ ਰੱਖਿਆ ਹੈ ਉਹ ਰੱਖਿਆ ਕਿ सेलिब्रेशन ऑफ 4th ਬਰਥ ਐਨੀਵਰਸਰੀ ਆਫ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਠੀਕ ਹੈ ਇਹ ਗੱਲ ਬਹੁਤ ਅੱਛੀ ਹੈ ਇਹ ਇਦਾਂ ਦਾ ਬਹੁਤ ਅੱਛਾ ਗੱਲ ਹੈ ਠੀਕ ਹੈ ਜੋ 400ਵੀਂ ਬਰਥ ਐਨੀਵਰਸਰੀ ਆਏਗੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਉਹਦੇ ਲਈ 25 ਕਰੋੜ ਰੁਪਏ ਇੱਥੇ ਰੱਖਿਆ ਗਿਆ ਵਾ ਠੀਕ ਹੈ ਇਸ ਤੋਂ ਬਾਅਦ ਗੱਲ ਇੱਕ ਮੇਨ ਇੰਪੋਰਟੈਂਟ ਗੱਲ ਹੁੰਦੀ ਹੈ ਟੀਪੀ ਟ੍ਰਿਪਲ ਪੀ ਦੇ ਤਹਿਤ 54 ਕਿਲੋਮੀਟਰ ਯਾਨੀ 54 ਕਿਲੋਮੀਟਰ ਰੋਡ ਹੈਗੀ ਹੈ ਇਹ ਅਨੰਦਪੁਰ ਸ਼੍ਰੀ ਅਨੰਦਪੁਰ ਸਾਹਿਬ ਟੂ ਬੰਗਾ ਠੀਕ ਹੈ ਇਹ ਬਣਾਈ ਜਾਣੀ ਹੈ ਔਰ ਇਹਦਾ ਨੇਮ ਵੀ ਹੈ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪੇਪਰ ਚ ਪੁੱਛਿਆ ਜਾ ਸਕਦਾ ਹੈ ਕਿ ਕਿਹੜੀ ਰੋਡ ਦਾ ਨਾਮ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਰੱਖਿਆ ਜਾ ਰਿਹਾ ਵਾ ਤਾਂ ਤੁਸੀਂ ਕਹਿ ਸਕਦੇ ਹੋ ਕਿ 53 ਕਿਲੋਮੀਟਰ ਜਿਹੜੀ ਰੋਡ ਹੈ ਅਨੰਦਪੁਰ ਸਾਹਿਬ ਟੂ ਬੰਗਾ ਹੈ ਇਸ ਰੋਡ ਦਾ ਨਾਮ ठीक है सो दैट ते बहुत ईजी होएगा नैक्सट है कि सोशल सिक्योरिटी एंड स्कीम संबंध सोशल सिक्योरिटी स्कीम के तहत है पहला इनकू पहले गल करते कि इनक्रीज फ्रॉम इक्की सौ पैंठ इक्की सौ पैंठ करोड़ तो तेई सौ अठासी करोड़ रुपया कर दिता गया है ये फंड रख्या गया वा ठीक है पिछले सकरीबन इक्की सौ पैंठ सगा और हूँ है तेई सौ अठासी करोड़ रुपया रखा गया वा ठीक है चलिए भाई नैक्सट देखा आपल्ड एज होम टू सैटअप का each district for the punjab matlab ki vriddh ashram vriddh ashram hai na har punjab de district de vich banaya jayega theek hai inna rakhya ki tin industrial park ne taqriban 1000 acre de vich ek banega aur innu setup karan di gal rakhi gayi hai ek ta ludhiana vich hai ਠੀਕ ਹੈ اور ਦੂਜਾ ਹੈਗਾ ਬਠਿੰਡਾ اور ਤੀਜਾ ਹੈਗਾ ਰਾਜਪੁਰਾ ਖਾਸ ਤੌਰ ਤੇ ਗੱਲ ਰੱਖੀ ਕਿ ਸ੍ਰੀ ਅਮਰਿਤਸਰ ਤੋਂ ਕਲਕੱਤਾ ਜੋ ਇੰਡਸਟਰੀਅਲ ਕੋਰੀਡੋਰ ਹੈ ਉਹਦੇ ਲਈ ਇਸ ਨੂੰ ਬਣਾਇਆ ਜਾ ਰਿਹਾ ਹੈ ਬਲਕਿ ਬਣਾਇਆ ਜਾਏਗਾ ਤਾਂ ਮੇਨਲੀ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਐਗਜ਼ਾਮ ਦੇ ਪੁਆਇੰਟ ਆਫ ਦੇ ਨਾਲ ਕਿ ਤਿੰਨ ਜਿਹੜੇ ਕਿ ਇੰਡਸਟਰੀਅਲ ਪਾਰਕ ਲਈ ਟੋਟਲ ਕਿੰਨੀ ਗੱਲ ਰੱਖੀ ਗਈ ਬਲਕਿ ਕਿੰਨੀ ਏਕੜ ਚ ਬਣੇਗਾ ਤਾਂ 1000 ਏਕੜ ਦੇ ਵਿੱਚ ਬਣੇਗਾ ਇਹ ਤੁਸੀਂ ਯਾਦ ਰੱਖਣਾ ਹੈ ਕਿਹੜੇ ਕਿਹੜੇ ਥਾਂ ਤੇ ਲੁਧਿਆਣਾ ਹੈ ਬਠਿੰਡਾ ਅਤੇ ਰਾਜਪੁਰਾ ਤੁਹਾਨੂੰ ਇਗਜ਼ਾਮ ਦੇ ਪੁਆਇੰਟ ਆਫ ਓਨ ਵਾਲੇ ਸਾਰੀਆਂ ਚੀਜ਼ਾਂ ਯਾਦ ਹੋਣੀਆਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇੱਕ ਹੋਰ ਹੈ ਕਿ ਵਨ ਮੋਰ ਪਾਰਕ ਹੈਗਾ ਇਹ ਫਾਰਮਾ ਫਾਰਮਾ ਕੰਪਨੀਆਂਜ਼ ਲਈ ਬਣਾਇਆ ਜਾਏਗਾ ਔਰ ਇਹ ਹੈਗਾ ਕਿ ਇਹ ਵਜੀਰਾਬਾਦ ਦੇ ਰੱਖਿਆ ਇਹ ਸਿਰਫ ਫਤਿਹਗੜ੍ਹ ਸਾਹਿਬ ਵਿਖੇ ਬਣੇਗਾ ਇਸ ਨੂੰ ਵੀ ਤੁਸੇ ਯਾਦ ਰੱਖਣਾ ਹੈ ਇਗਜ਼ਾਮ ਦੇ ਪੁਆਇੰਟ ਆਫ ਓਨ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ ਠੀਕ ਹੈ ਪੰਜਾਬ ਦੀਆਂ ਈ ਬੁੱਕਸ ਵਗੈਰਾ ਤੁਹਾਨੂੰ ਆਲਰੇਡੀ ਅਸੀਂ ਦੱਸਤਾ ਵੀ ਤੁਸੀਂ ਵੈਬਸਾਈਟ ਤੋਂ ਜਾ ਕੇ ਲੈ ਸਕਦੇ ਹੋ 131 ਕਰੋੜ ਰੁਪਿਆ ਹੈ ਇਹ ਅਪਗ੍ਰੇਡੇਸ਼ਨ ਹੋਏਗੀ ਕਾਦੀ 올 द इंडस्ट्री एंड लोकल ਜੋ ਬਲਕਿ ਇਹਦੇ ਫੋਕਲ ਪੁਆਇੰਟਸ ਨੇ ਉਹਨਾਂ ਦੇ ਸਬੰਧ ਚ ਹੈ ਵੀ ਵੀ ਤੁਹਾਨੂੰ ਯਾਦ ਰੱਖਣਾ ਹੋਏਗਾ ਨੈਕਸਟ ਗੱਲ ਕਰਦੇ ਹਾਂ 2267 ਕਰੋੜ ਰੁਪਿਆ ਹੈ ਇਹ ਪ੍ਰੋਵਾਈਡਿੰਗ ਇਨ ਦਾ ਪਾਵਰ ਸਬਸਿਡੀਆਂ ਇੰਡਸਟਰੀ ਲਈ ਹੋਏਗਾ ਤਾਂ ਅਗਰ ਸਾਨੂੰ ਪੁੱਛਿਆ ਜਾ ਸਕਦਾ ਹੈ ਕਿ ਜਿੰਨੀ ਵੀ ਪਾਵਰ ਸਬਸਿਡੀਆਂ ਟੂ ਇੰਡਸਟਰੀ ਹੈ ਉਹਨੂੰ ਦੇਣ ਲਈ ਟੋਟਲ ਕਿੰਨਾ ਫੰਡ ਰੱਖਿਆ ਤਾਂ ਇਹਦੇ ਲਈ ਟੋਟਲ ਕਿੰਨਾ ਹੈ 2267 ਕਰੋੜ ਰੁਪਿਆ ਤੁਹਾਨੂੰ ਯਾਦ ਰੱਖਣਾ ਹੋਏਗਾ ਚਲੋ ਨੈਕਸਟ ਦੇਖਾਂਗੇ 100 ਕਰੋੜ ਰੁਪਇਆ ਹੈ ਇਹ ਰੋਲਿੰਗ ਆਊਟ ਆਫ ਦਾ 스마트ਫੋਨ ਲਈ ਫॉर द ਯੂਥ ਸਕੀਮ ਹੈ ਇਹ ਤੁਸੀਂ ਯਾਦ ਰੱਖ ਲਿਓ ਇਹ 2000 ਤਕਰੀਬਨ 21 ਦੇ ਵਿੱਚ ਆਏਗਾ ਤਾਂ ਕਿ 2022 ਦੇ ਚੋਣਾਂ ਦੇ ਵਿੱਚ ਇਸ ਨੂੰ ਕਹਿ ਕੇ ਕਿ ਅਸੀਂ ਵਾਅਦਾ ਪੂਰਾ ਕਰਤਾ ਉਦੋਂ ਹੋਏਗਾ ਠੀਕ ਹੈ ਜੀ ਚਲੋ 324 ਕਰੋੜ ਰੁਪਇਆ ਹੈ ਇਹ এমਪਲੋਏ ਇਨ ਨੈਕਸਟ এমਪਲੋਇਮੈਂਟ ਜਨਰੇਸ਼ਨ ਲਈ ਰੱਖਿਆ ਗਿਆ ਹੈ এমਪਲੋਇਮੈਂਟ ਜਨਰੇਸ਼ਨ ਦਾ ਮਤਲਬ ਹੈਗਾ ਕਿ ਇਹਦੇ ਚ ਉਹੀ ਗੱਲ ਹੈਗਾ ਮੇਲੇ ਲੱਗੇ ਜਾਣਗੇ ਮੇਲਿਆਂ ਵਾਸਤੇ ਸਬੰਧ ਚ ਬਣਾਇਆ ਜਾਏਗਾ ਜਿਹਦੇ ਚ ਕੀ ਫਿਰ ਤਕਰੀਬਨ 5000 7000 8000 9000 ਰੁਪਏ ਤੱਕ ਪੰਜਾਬ ਘਰ ਘਰ ਸਕੀਮ ਦੇ ਘਰ ਘਰ ਰੋਜ਼ਗਾਰ ਦੇ ਤਹਿਤ ਤੁਹਾਨੂੰ ਸਕੀਮ ਦਿੱਤੀ ਜਾਏਗੀ ਠੀਕ ਹੈ 148 ਕਰੋੜ ਰੁਪਇਆ ਹੈ ਉਹ ਸਕਿੱਲ ਡਿਵੈਲਪਮੈਂਟ ਹੀ ਰੱਖਿਆ ਗਿਆ ਐਗਜ਼ਾਮ ਦੇ ਪੁਆਇੰਟ ਆਫ ਦੇ ਨਾਲ ਅੱਜ ਦੀ ਸੀਰੀਜ਼ ਦਾ ਇਹ ਬਲਕਿ ਮੈਂ ਕਵਾਂਗਾ ਤੁਹਾਨੂੰ ਕਿ ਨੋਵਾਂ ਕੁਐਸਚਨ ਇੰਪੋਰਟੈਂਟ ਹੈ ਕਿ ਸਕਿੱਲ ਡਿਵੈਲਪਮੈਂਟ ਲਈ ਪੰਜਾਬ ਸਰਕਾਰ ਨੇ ਕਿੰਨਾ ਫੰਡ ਨਿਰਧਾਰਿਤ ਕੀਤਾ ਹੈ ਤੇ 148 ਕਰੋੜ ਰੁਪਏ ਤੁਹਾਨੂੰ ਯਾਦ ਰੱਖਣਾ ਹੋਏਗਾ ਠੀਕ ਹੈ ਇਸ ਤੋਂ ਬਾਅਦ ਹੈ ਨਿਊ ਕੈਟਲ ਫੀਡ ਹੈ ਇਹ ਪਲਾਂਟ ਬਣਾਇਆ ਜਾਏਗਾ ਕਪੂਰਥਲਾ ਵਿਖੇ ਇਹ ਵੀ ਤੁਹਾਨੂੰ ਯਾਦ ਰੱਖਣਾ ਹੋਵੇਗਾ ਠੀਕ ਹੈ ਇਗਜ਼ਾਮ ਚ ਪੁੱਛਿਆ ਜਾ ਸਕਦਾ ਹੈ ਕਿ ਨਿਊ ਕੈਟਲ ਫੀਡ ਪਲਾਂਟ ਹੈ ਪੰਜਾਬ ਚ ਕਿਹੜੀ ਜਗ੍ਹਾ ਤੇ ਆ ਕਿਹੜੇ ਬਲਕਿ ਡਿਸਟ੍ਰਿਕਟ ਦੇ ਵਿੱਚ ਕਿਹੜੇ ਜ਼ਿਲ੍ਹੇ ਦੇ ਵਿੱਚ ਇਹ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ ਨੈਕਸਟ ਕੁਐਸਚਨ ਦੇਖਾਂਗੇ ਕਿ 25 ਕਰੋੜ ਰੁਪਇਆ ਹੈ ਇਹ ਅਲੋਕੇਟ ਕੀਤਾ ਗਿਆ ਹੈ ਠੀਕ ਹੈ ਤੁਹਾਨੂੰ ਯਾਦ ਰੱਖਣਾ ਹੋਊਗਾ ਕਿ ਕੈਟਲ ਪੌਂਡ ਬਣ ਇਨਫਰਾਸਟ੍ਰਕਚਰ ਵਾਸਤੇ ਹੈ ਤਾਂ ਇਗਜ਼ਾਮ ਦੇ ਪੁਆਇੰਟ ਆਫ ਓ ਨਾਲ ਇਹ ਵੀ ਸਾਡੇ ਲਈ ਇੰਪੋਰਟੈਂਟ ਕੁਐਸਚਨ ਹੁੰਦਾ ਹੈ ਨੈਕਸਟ ਇਹ ਤੁਹਾਡੇ ਨੂੰ ਇਹ ਤਿੰਨ ਚਾਰ ਬਾਰੀ ਵਾਪਸ ਮੋੜ ਮੋੜ ਕੇ ਗੱਲਾਂ ਆ ਰਹੀਆਂ ਪਤਾ ਨਹੀਂ ਕਿਉਂ ਮੈਨੂੰ ਜ਼ਿਆਦਾ ਇਹ ਕਿਉਂ ਲੱਗ ਰਿਹਾ ਅਜੀਬ ਜਿਹਾ ਸੋ ਦੈਟ ਚਲੋ ਜੀ ਨੈਕਸਟ ਗੱਲ ਗੱਲ ਕਰਦੇ ਹਾਂ 2000 ਕਰੋੜ ਰੁਪਇਆ ਹੈ ਇਹ ਰੱਖਿਆ ਗਿਆ ਹੈ ਕ੍ਰੋਪ ਲੋਨ ਵੀਵਰ ਲਈ ਠੀਕ ਹੈ ਕਿਸਾਨਾਂ ਦਾ ਜੋ ਲੋਨ ਹੈ ਉਹਨਾਂ ਕਰਜ਼ੇ ਨੂੰ ਮਾਫ ਕਰਨ ਲਈ ਤਕਰੀਬਨ ਤਕਰੀਬਨ 2000 ਕਰੋੜ ਰੁਪਇਆ ਰੱਖਿਆ ਗਿਆ ਹੈ ਇਹਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਇਨਕਲੂਡਿੰਗ 520 ਕਰੋੜ ਫ੍ਰੋਮ ਦਾ ਫਾਰਮ ਲੇਬਰ ਲਈ ਤਾਂ तकरीबन तकरीबन ਇਹ अमाउंट ਬਣ ਜਾਂਦਾ ਹੈ 2520 ਕਰੋੜ ਰੁਪਏ ਠੀਕ ਹੈ so that ਬਹੁਤ ਇੰਪੋਰਟੈਂਟ ਕਨਸੈਪਟ ਹੈ ਤੁਸੀਂ ਯਾਦ ਰੱਖਣਾ ਹੈ ਜਿੰਨੇ ਵੀ ਸਟੂਡੈਂਟਸ ਨੇ ਜਿੰਨੇ ਵੀ ਸ਼ੁਭਚਿੰਤਕ ਨੇ एग्जाम 'ਚ ਪੁੱਛਿਆ ਜਾ ਸਕਦਾ ਹੈ ਹਾਈਲਾਈਟਡ ਕੁਐਸ਼ਨਸ ਨੇ ਇਹ ਇਸ ਤੋਂ ਬਾਅਦ ਗੱਲ ਕਰਦੇ ਕਿ ਨੈਕਸਟ ਵੈਟਰਨਰੀ ਕਾਲਜ ਹੈ ਰੀਜਨਲ ਰਿਸਰਚ ਸੈਂਟਰ ਇਹਨੂੰ ਸੈਟ ਅਪ ਕੀਤਾ ਜਾਏਗਾ ਸੱਪਾਂਵਾਲੀ ਕਿੱਥੇ ਹੈ ਫਾਜ਼ਿਲਕਾ ਦੇ ਵਿਖੇ ਠੀਕ ਹੈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਸੀਰੀਜ਼ ਦਾ ਲਗਭਗ ਇਹ ਮੈਂ 12ਵਾਂ ਕੁਐਸਚਨ ਕਵਾਂਗਾ ਇੰਪੋਰਟੈਂਟ ਐਗਜ਼ਾਮ ਚ ਪੁੱਛਿਆ ਜਾ ਸਕਦਾ ਹੈ ਕਿ ਵੈਟਰਨਰੀ ਕਾਲਜ ਐਂਡ ਰੀਜਨਲ ਰਿਸਰਚ ਸੈਂਟਰ ਹੈ ਇਹ ਕਿਹੜੀ ਜਗ੍ਹਾ ਤੇ ਸਥਾਪਿਤ ਕਰਨ ਦੀ ਸਕੀਮ ਬਲਕਿ ਬਜਟ ਦੇ ਵਿੱਚ ਅਨਾਉਂਸ ਕੀਤਾ ਗਿਆ ਹੈ ਤਾਂ ਸੱਪਾਂਵਾਲੀ ਇਨ ਫਾਜ਼ਿਲਕਾ ਯਾਦ ਰੱਖਣਾ ਹੋਏਗਾ ਚਲੋ ਨੈਕਸਟ ਹੈ 20 ਕਰੋੜ ਰੁਪਏ ਰੱਖਿਆ ਗਿਆ ਹੈ ਕ੍ਰੋਪ ਜੋ ਕਿ ਇਦੇ ਲਈ ਹੈ ਮੈਨੇਜਮੈਂਟ ਅਲੋਕੇਟਡ ਕੀਤਾ ਗਿਆ ਹੈ ਟੂ ਸਬਸਿਡੀ ਦੇਣ ਵਾਸਤੇ ਫਾਰਮਰ ਹੂ ਜਿਨ੍ਹਾਂ ਦਾ ਕਿ ਹੂ ਡੋਨਟ ਬਰਨ ਦਾ ਆਪਾਂ ਕਹਿਲ ਕਰ ਸਕਦੇ ਹਾਂ ਸਿੰਪਲ ਜੀ ਕਹਾਣੀ ਸਮਝਦੇ ਹਾਂ 20 ਕਰੋੜ ਰੁਪਏ ਰੱਖਿਆ ਗਿਆ ਹੈ ਤਕਰੀਬਨ ਤਕਰੀਬਨ ਇੱਕ ਕੁਆਂਟਲ ਦਾ 100 ਰੁਪਿਆ ਜੋ ਕਿ ਸੁਪਰੀਮ ਕੋਰਟ ਨੇ ਵੀ 2019 ਚ ਪੰਜਾਬ ਸਰਕਾਰ ਨੂੰ ਇਹਦੇ ਲਈ ਇੱਕ مشورہ ਦਿੱਤਾ ਸੀਗਾ ਕਿ ਲੋਕ ਪਰਾਲੀ ਨਾ ਸਾੜਨ ਜ਼ਮੀਂਦਾਰ ਹੈ ਪਰਾਲੀ ਨਾ ਸਾੜਨ ਸੋ ਥੈਟ ਇਹ ਹੈ ਇਹ ਦਿੱਲੀ ਅਜਬਲ ਕੀ ਮਿਤ ਮੰਤਰੀ ਨੇ ਇਹਦੇ ਬਾਰੇ ਦੱਸਿਆ ਵੀ ਸੀਗਾ ਕਿ 100 ਰੁਪਿਆ ਪਰ ਕੁਇੰਟਲ ਦੇ ਹਿਸਾਬ ਨਾਲ ਤਕਰੀਬਨ ਤਕਰੀਬਨ ਨੇ ਐਸਟੀਮੇਟ ਅਮਾਉਂਟ ਬਣਾਇਆ ਹੈ 20 ਕਰੋੜ ਰੁਪਿਆ ਰੱਖਿਆ ਗਿਆ ਹੈ ਸੋ ਦੈਟ ਠੀਕ ਹੈ ਚਲੋ ਜੀ ਬਈ ਨੈਕਸਟ ਕੁਐਸਚਨ ਹੈ 200 ਕਰੋੜ ਰੁਪਿਆ ਅਲੋਕੇਟ ਕੀਤਾ ਗਿਆ ਐਗਰੀਕਲਚਰ ਠੀਕ ਹੈ ਐਗਰੀਕਲਚਰ ਦੇ ਲਈ ਹੈ ਇਹਦੇ ਲਈ ਹੈ ਡਾਈਵਰਸੀਫਿਕੇਸ਼ਨ ਲਈ 200 ਕਰੋੜ ਰੁਪਿਆ ਰੱਖਿਆ ਗਿਆ ਹੈ ਚਲੋ ਜੀ ਬਈ ਨੈਕਸਟ ਕੁਐਸਚਨ ਦੇਖਾਂਗੇ ਗਵਰਨਮੈਂਟ ਟੂ ਪ੍ਰੋਮੋਟ ਮੇਜ਼ ਤਕਰੀਬਨ ਤਕਰੀਬਨ ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਤੁਹਾਨੂੰ ਰੱਖਣੀ ਪਵੇਗੀ ਯਾਦ ਕਿ ਮੈਕਸਿਮਮ ਟਾਈਮ ਤੱਕ ਕੀ ਕਰਦੇ ਆ ਕਿ ਪੰਜਾਬ ਚ ਜਿਹੜੀ ਕ੍ਰੋਪ ਹੈਗੀ ਆ ਜ਼ਿਆਦਾਤਰ ਉਹ ਝੋਨੇ ਦੀ ਕੀਤੀ ਜਾਂਦੀ ਹੈ ਜਿਸ ਕਰਕੇ ਕੀ ਝੋਨੇ ਦੀ ਫਸਲ ਦਾ ਅੱਗਾ ਪਿੱਛਾ ਹੋਣਾ ਵੀ ਕਿਤੇ ਨਾ ਕਿਤੇ ਮੌਸਮ ਵੀ ਇਫੈਕਟ ਪਾਉਂਦਾ ਆ ਉਸ ਤੋਂ ਬਾਅਦ ਫਿਰ ਪਰਾਲੀ ਦਾ ਬਹੁਤ ਤਕੜਾ ਝੰਜਟ ਪੈ ਜਾਂਦਾ ਹੈ ਤਾਂ ਗਵਰਨਮੈਂਟ ਆਫ ਪੰਜਾਬ ਨੇ ਇਹਦੇ ਲਈ ਰੱਖਿਆ ਹੈਗਾ ਕਿ ਮੱਕੀ ਹੈ ਠੀਕ ਹੈ ਯਾ ਪਾ ਗੱਲ ਕਰਦੀ ਹੈ ਕਿ ਮੱਕੀ ਨੂੰ ਜ਼ਿਆਦਾਤਰ ਪ੍ਰਮੋਟ ਕਰਨ ਲਈ ਇਹਨਾਂ ਨੇ ਵਿਸ਼ੇਸ਼ ਤੌਰ ਤੇ ਇੱਕ ਕੀ ਬਣਾਇਆ ਹੈ షుగర్ మిల్ గుర్దాస్పూర్ అండ్ బటాల టూ అప్గ్రేడ్ ਕਰਨ ਦੀ ਵੀ ਗੱਲ ਰੱਖੀ ਗਈ ਹੈ ਠੀਕ ਹੈ 100 ਕਰੋੜ ਰੁਪਿਆ ਹੈ ਪ੍ਰੋਵਾਈਡਿੰਗ ਦਾ سپورਟ ਟੂ ਦਾ 슈గర్ ਕੇਨ ਫਾਰਮਰ ਹੈ ਠੀਕ ਹੈ ਜਿਨਨੇ ਵੀ 슈గర్ ਕੇਨ ਗੰਨਿਆਂ ਦੇ ਕਿਸਾਨ ਨੇ 100 ਕਰੋੜ ਰੁਪਿਆ ਉਹਨਾਂ ਲਈ ਰੱਖਿਆ ਗਿਆ ਹੈ ਇਸ ਤੋਂ ਬਾਅਦ ਨਿਊ ਹਾਰਟੀਕਲਚਰ ਸਟੇਟਸ ਗੱਲ ਕਰਦੇ ਹਾਂ ਕਿ ਅੰਮ੍ਰਿਤਸਰ ਹੈ ਪਠਾਨਕੋਟ ਹੈ ਕੋਟਕਪੁਰਾ ਹੈ ਅਤੇ ਪਟਿਆਲਾ ਹੈ ਇਹ ਚਾਰ ਡਿਸਟ੍ਰਿਕਟ ਤੁਹਾਨੂੰ ਯਾਦ ਰੱਖਣੇ ਪੈਣਗੇ ਵਾਪਸ ਤੋਂ ਰਿਪੀਟ ਕਰਾਵਾਂਗਾ ਅੰਮ੍ਰਿਤਸਰ ਪਠਾਨਕੋਟ ਕੋਟਕਪੁਰਾ ਅਤੇ ਪਟਿਆਲਾ ਠੀਕ ਹੈ ਇਹਨੂੰ ਤੁਸੀਂ ਯਾਦ ਰੱਖਿਓ ਕਿਉਂਕਿ ਇਹ ਕਿਸ ਲਈ ਹੈ ਇਹ ਵੀ ਤੁਹਾਨੂੰ ਮੈਂ ਦੱਸਣਾ ਚਾਹਣਾ ਹੈ ਚਾਰ ਨਵੇਂ ਜੋ ਹਾਰਟੀਕਲਚਰਸ ਹੈ ਇਥੇ ਬਲਕਿ ਸਟੇਟਸ ਆਪਾਂ ਗੱਲ ਕਰਦੇ ਪਰਟੀਕੂਲਰ ਸਥਾਪਿਤ ਕਰਨ ਦੀ ਗੱਲ ਰੱਖੀ ਗਈ ਹੈ ਖਾਸ ਤੌਰ ਤੇ ਕੁਝ ਚੀਜ਼ਾਂ ਇਹਦੇ ਵਿੱਚ ਹੋਰ ਵੀ ਇੰਪੋਰਟੈਂਟ ਨੇ ਜਿਵੇਂ ਕਿ ਵਿਰਵੇ ਤੌਰ ਤੇ ਗੱਲ ਕਰੀਏ ਕਿ ਪਟਿਆਲੇ ਦੇ ਵਿੱਚ ਅਮਰੂਦ ਹੈ ਠੀਕ ਹੈ ਤੇ ਇਸ ਪ੍ਰਕਾਰ ਦੇ ਪ੍ਰੋਡਕਸ਼ਨਸ ਜ਼ਿਆਦਾ ਵਧਾਉਣ ਵਾਸਤੇ ਇਹ ਸਕੀਮ ਰੱਖੀ ਗਈ ਹੈ ਠੀਕ ਹੈ ਸੈਂਟਰ ਟੂ ਐਕਸੀਲੈਂਸ ਟੂ ਦਾ ਫਲੋਰਿਕਲਚਰ ਟੂ ਸੈਟ ਅਪ ਇਨ ਦਾ ਕਿੱਥੇ ਰੱਖਿਆ ਗਿਆ ਹੈ ਦਰਾਹਾ ਠੀਕ ਹੈ ਤੁਹਾਨੂੰ ਯਾਦ ਰੱਖਣਾ ਹੋਏਗਾ एग्जाम ਦੇ ਪੁਆਇੰਟ ਆਫ ਵਿ ਨਾਲ ਚਲੋ ਜੀ ਨੈਕਸਟ ਪਾਵਰ ਸਬਸਿਡੀ ਦੀ ਗੱਲ ਹੈ ਇਹ 2020 ਤੋਂ ਲੈ ਕੇ 21 ਤੱਕ 8275 ਕਰੋੜ ਰੁਪਏ ਰੱਖਿਆ ਗਿਆ ਹੈ ਇਹਦੇ ਚ ਕੀ ਹੈ ਕਿ ਕਿਸਾਨਾਂ ਦੀਆਂ ਮੋਟਰਾਂ ਦੇ ਬਿੱਲ ਦੇ ਸਬੰਧ ਵਿੱਚ ਨੇ ਜਾਂ ਹੋਰ ਵੀ ਜੋ ਵੀ ਹਦਾਇਤਾਂ ਹੋਣੀਆਂ ਇਸ ਫੰਡ ਦੇ ਜ਼ਰੀਏ ਹੀ ਹੋਣਗੀਆਂ ਠੀਕ ਹੈ ਚਲੋ ਜੀ ਦੋ ਨਵੀਆਂ ਐਗਰੀਕਲਚਰ ਦੋ ਨਵੇਂ ਐਗਰੀਕਲਚਰ ਕਾਲਜਸ ਇੱਕ ਤੋਂ ਗੁਰਦਾਸਪੁਰ ਦੂਸਰਾ ਹੈਗਾ ਕਿ ਦਿਰਖ ਹੈ ਕਿ ਬਲਾਚੌਰ ਹੈ ਬਲਾਚੌਰ ਇੱਥੇ ਬਲਕਿ ਸੈਟਅਪ ਕਰਨ ਦੀ ਗੱਲ ਰੱਖੀ ਗਈ ਹੈ ਪਾਣੀ ਬਚਾਓ ਠੀਕ ਹੈ ਪੈਸਾ ਕਮਾਓ ਇੱਕ ਸਕੀਮ ਦੇ ਤਹਿਤ ਇਹਨੂੰ ਐਕਸਟੈਂਡ ਕੀਤਾ ਗਿਆ ਹੈ ਠੀਕ ਹੈ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਟੂ ਦਾ ਇਲੈਕਟ੍ਰਿਸਿਟੀ ਟੂ ਐਗਰੀਕਲਚਰ ਸੈਕਟਰ ਵਾਸਤੇ ਹੈ ਸਕੀਮ ਦੇ ਵਿੱਚ ਸਕੀਮ ਨੂੰ ਐਕਸਟੈਂਡ ਕੀਤਾ ਗਿਆ ਹੈ 244 ਫੀਡਰਸ मतलब कवर करेगा दो सौ चुताली फीडर तहत है तो स्कीम के तहत कुछ ज्यादा नहीं है बल्कि इसमें बस एग्जाम याद रखियो नैक्सट है सोलवी हैडलाइन सब तो ज्यादा वो इंपॉर्टेंट होगी रूरल डिवेलमेंट रूरल डिवेलपमेंट के लिए अठत्ती सौ तीह करोड़ रुपया अर अरबन डिवेलपमेंट लक्रबन हजार छब्बी हज़ार छब्बी करोड़ रुपया एलोकेट किया गया है ठीक है फाइनेंस मिनिस्टर ने कहा कि तकरीबन 16 स्टेट्स गवर्नमेंट डिपार्टमेंट्स हैव द प्रिपेयर्ड 4 ईयर स्ट्रेटजिक एक्शन प्लान है रिलीज ਕੀਤਾ ਗਿਆ ਫੰਡ ਦੇ ਵਿੱਚ ਠੀਕ ਹੈ ਦੀਜ਼ ডিপਾਰਟਮੈਂਟਸ ਵਿਲ ਬੀ ਬੇਸਡ ਔਨ ਥਿਸ ਕਾਹਦੇ تھے ਨੇ ਉਹ ਵੀ ਮੈਂ ਤੁਹਾਨੂੰ ਡਿਟੇਲ ਵਾਈਜ਼ ਸਾਰੀਆਂ ਚੀਜ਼ਾਂ ਦੱਸਾਂਗਾ तकरीबन तकरीबन ਇਹਨਾਂ ਨੇ ਕਿਹਾ ਕਿ ਐਗਰੀਕਲਚਰ এডুকেশন ਠੀਕ ਹੈ ਇਸ ਤੇ ਜ਼ਿਆਦਾਤਰ ਐਂਡ ਰਿਸਿਵ ਟੂ ਦਾ ਮੈਕਸਿਮਮ ਅਲੋਕੇਸ਼ਨ ਇਹਨਾਂ ਤੇ ਹੀ ਰੱਖਿਆ ਗਿਆ ਹੈ ਠੀਕ ਹੈ ਹੁਣ ਗੱਲ ਕਰਦੇ ਹਾਂ ਕੁਝ ਹੋਰ ਇੰਪੋਰਟੈਂਟ ਹੈ ਐਗਰੀਕਲਚਰ ਸੈਕਟਰ ਲਈ ਤਕਰੀਬਨ 12526 ਕਰੋੜ ਰੁਪਇਆ ਹੈ ਔਰ ਜੋ ਬਲਕਿ ਇਥੇ ਐਜੂਕੇਸ਼ਨ ਲਈ 13092 ਕਰੋੜ ਰੁਪਇਆ ਰੱਖਿਆ ਗਿਆ ਹੈ ਇਹ ਚੀਜ਼ਾਂ ਕੁਝ ਰਿਪੀਟ ਕਰਾ ਰਹੇ ਹਾਂ ਤਾਂ ਕਿ ਤੁਹਾਨੂੰ ਯਾਦ ਹੋ ਜਾਣ 4675 ਕਰੋੜ ਰੁਪਇਆ ਹੈ ਇਹ ਹੈਲਥ ਸੈਕਟਰ ਲਈ ਅਨਾਉਂਸ ਕੀਤੇ ਗਏ ਨੇ ਤੁਹਾਨੂੰ ਯਾਦ ਰੱਖਣਾ ਪਏਗਾ ਹੈਲਥ ਸੈਕਟਰ ਲਈ ਠੀਕ ਹੈ ਪੰਜਾਬਸ ਗ੍ਰੋਸ ਸਟੇਟ ਡੋਮੈਸਟਿਕ ਜੀਪਾ ਗੱਲ ਕਰਦੇ ਜੀਐਸਡੀਪੀ ਵੁੱਡ ਇਨਕਰੀਸ ਫਰੋਮ 574 ਲੱਖ ਕਰੋੜ ਤੋਂ ਲਗਭਗ 644 ਲੱਖ ਕਰੋੜ ਰੁਪਏ 2020 ਤੋਂ 21 ਤੱਕ ਦਾ ਟਾਰਗੇਟ ਰੱਖਿਆ ਗਿਆ ਹੈ ਤਾਂ ਦੋਸਤੋ ਇਹ ਸਭ ਤੋਂ ਜਿਆਦਾ ਇੰਪੋਰਟੈਂਟ ਕੁਐਸਚਨ ਹੈ ਠੀਕ ਹੈ ਖਾਸ ਤੌਰ ਤੇ ਤੁਹਾਨੂੰ एग्जाम ਦੇ ਪੁਆਇੰਟ ਆਫ ਨਾਲ ਚੀਜ਼ਾਂ ਇਹ ਹੀ ਯਾਦ ਰੱਖੀਆਂ ਜਾਣਗੀਆਂ ਠੀਕ ਹੈ ਚਲੋ ਜੀ ਨੈਕਸਟ ਕੁਐਸਚਨ ਗੱਲ ਕਰਦੇ ਹਾਂ ਪੰਜਾਬ ਰੈਵਨਿਊ ਜੋ ਰਿਸਿਪਸ ਹੈਵ ਇਨਕਰੀਜ਼ ਲਗਭਗ 18 ਗੱਲ ਕਰਾਂਗਾ 18.96% ਕਿ ਦੋਂ ਸੀਗਾ 2019-20 ਤੋਂ ਲੈ ਕੇ ਲਗਭਗ 21 ਤੋਂ 22 ਤੱਕ ਦੀ ਗੱਲ ਇਹਨਾਂ ਨੇ ਰੱਖੀ ਹੈ ਚਲੋ ਜੀ ਬਈ ਨੈਕਸਟ ਹੈ ਇਸ ਤੋਂ ਬਾਅਦ ਇੰਪੋਰਟੈਂਟ ਚੀਜ਼ ਹੋਰ ਆ ਰਹੀ ਹੈ ਬਸ ਇਹ ਤੁਸੀਂ ਫੈਕਟਸ ਐ ਕੁਝ ਇੰਪੋਰਟ ਹਲਕੇ ਫੁਲਕੇ ਨੇ ਇਹਨਾਂ ਨੂੰ ਯਾਦ ਰੱਖ ਲਓ ਇੱਕ ਦੋ ਵਾਰੀ ਪੜ੍ਹ ਲਓਗੇ ਤੁਹਾਡੇ ਚੀਜ਼ਾਂ ਯਾਦ ਹੋ ਜਾਣਗੀਆਂ ਫਾਈਨੈਂਸ ਮੰਤਰੀ ਨੇ ਕੁਝ ਜੀਡੀਪੀ ਵੀ ਰੇਸ਼ਿਓ ਦੱਸਿਆ ਸੀਗਾ ਕਿ ਰਿਡਿਊਸ ਵਾਟ ਟੂ ਦਾ ਮਤਲਬ ਇਹ ਰੇਸ਼ੀਓਜ਼ ਹੁੰਦੇ ਨੇ ਲਗਭਗ ਗਵਰਨਮੈਂਟ ਨੇ 42.75% ਐ 39.75% ਸੇ ਦੈਟ ਵਿਲ ਬੀ ਰਿਡਿਊਸ ਟੂ ਦਾ ਲਗਭਗ 38.5% ਮਾਰਚ 2021 ਤੱਕ ਹੋ ਜਾਏਗਾ ਠੀਕ ਹੈ ਇਹ ਜਦਾ ਮੇਨ ਕੁਐਸਚਨ ਨਹੀਂ ਆ ਗਵਰਨਮੈਂਟ ਨੇ ਏਬਲ ਟੂ ਸੇਵ ਲਗਭਗ 9 49 ਕਰੋੜ ਰੁਪਏ ਟੂ 3 ਇਅਰਸ ਹੈ ਕਿ ਉਹਨਾਂ ਨੇ ਆਪਣੀਆਂ ਉਪਲਬਧੀਆਂ ਦੱਸੀਆਂ ਕਿ ਬਚਾਇਆ ਹੈ ਕੁਝ ਚੀਜ਼ਾਂ ਤੋਂ ਸੇਵ ਹੋਇਆ ਹੈ ਸਰਪਲਸ ਦੇ ਵਿੱਚ ਨੇ ਕੁਝ ਬਜਟ ਰਸਿਆ ਗਿਆ ਉਹਨਾਂ ਦੁਬਾਰਾ ਠੀਕ ਹੈ ਤੇ ਇਹਦੇ ਵਿੱਚ ਕੁਝ ਇਹ ਅਹਿਮ ਚੀਜ਼ਾਂ ਸੀਆਂ ਦੋਸਤੋ ਕੁਝ ਮੈਂ ਖਾਸ ਚੀਜ਼ਾਂ ਹੋਰ ਵੀ ਇੰਪੋਰਟੈਂਟ ਕਰਾਂਗਾ 6% ਡੀਏ ਦੀ ਗੱਲ ਜੋ ਰੱਖੀ ਗਈ ਸੀਗੀ ਠੀਕ ਹੈ ਅ ਏਰੀਅਰਸ ਹੈ ਇਹ ਰিলিজ ਕੀਤਾ ਜਾਏਗਾ ਨੈਕਸਟ ਵੀਕ ਦੇ ਵਿੱਚ ਠੀਕ ਹੈ ਬਲਕਿ ਜੋ ਗਵਰਨਮੈਂਟਸ ਏਮਪਲੋਈ ਨੇ ਉਹਨਾਂ ਲਈ ਹੈ ਤੇ ਤੁਹਾਡੇ ਤੋਂ ਵੀ ਚੀਜ਼ਾਂ ਪੁੱਛੀਆਂ ਜਾ ਸਕਦੀਆਂ ਹਨ ਅ ਨੈਕਸਟ ਗੱਲ ਕਰਦੇ ਹਾਂ ਕਿ ਨੈਕਸਟ ਤੱਕ तकरीबन तकरीबन Uh, जो अपकमिंग 2020 तो इक्की तक है विल बी पचानवे हज़ार सत्त सौ सोलह करोड़ रुपया अप टू तिहत्तर हज़ार नौ सौ पचहत्तर करोड़ रुपया है रेवेन्यू का टारगेट है इन्होंने बनाया गया तो है ठीक है इस तुं बाद नैक्सट गल करते नो सी एल यू चार्ज फ्रॉम द इन्वेस्टर्स इन द नैक्सट टू ईयर कोई भी इन्हों चार्ज नहीं रखा गया है ਰੂਰਲ ਡਵੈਲਪਮੈਂਟ ਫੀਸ ਐਂਡ ਮਾਰਕੀਟ ਕਮੇਟੀ ਫੀਸ ਹੈ ਕਰੰਟਲੀ ਲਗਭਗ 4% ਜਿਹਨੂੰ ਕਿ ਘਟਾ ਕੇ ਇਹ 1% ਕਰਨ ਦੀ ਗੱਲ ਰੱਖੀ ਗਈ ਹੈ ਮਤਲਬ ਮੰਡੀ ਟੈਕਸ ਦੀ ਗੱਲ ਹੈ ਸਿੰਧ ਵੀ ਜੀ ਗੱਲ ਯਾਦ ਰੱਖਿਓ ਤੁਸੀਂ ਸਿੱਧੀ ਜੀ ਗੱਲ ਠੀਕ ਹੈ ਚਲਿਏ ਭਾਈ ਨੈਕਸਟ ਟੈਕ ਕੀ ਫਾਰਮ ਲੇਬਰਸ ਬਾਰੇ ਮੈਂ ਦੱਸ ਚੁੱਕਿਆ 520 ਕਰੋੜ ਰੁਪਇਆ ਹੈ ਅਤੇ ਇਹਦੇ ਵਿੱਚ ਤਕਰੀਬਨ 2000 ਰੁਪਏ ਕਿਸਾਨਾਂ ਦੇ ਕਰਜ਼ੇ ਦੀ ਗੱਲ ਰੱਖੀ ਗਈ ਹੈ ਤਾਂ ਟੋਟਲ ਇਹ ਵੀ ਤੁਹਾਨੂੰ ਯਾਦ ਰੱਖਣਾ ਹੋਏਗਾ ਨੈਕਸਟ ਪੰਜਾਬ ਡੈਪ ਟੂ ਦਾ ਐਕਸਪੈਕਟਿਡ ਲਗਭਗ ਹੋ ਜਾਏਗਾ 2 248 ਲੱਖ ਕਰੋੜ ਰੁਪਇਆ ਮਾਰਚ 2 ਇਹ ਵੀ ਤੁਹਾਨੂੰ ਯਾਦ ਰੱਖਣਾ ਹੋਵੇਗਾ ਠੀਕ ਹੈ ਇਸ ਤੋਂ ਬਾਅਦ ਇਹ ਰਿਟਾਇਰਮੈਂਟ ਏਜ ਦੀ ਆਪਾਂ ਡਿਸਕਸ ਆਲਰੇਡੀ ਕਰ ਚੁੱਕੇ ਹਾਂ ਕੁਝ ਮੈਂ ਤੁਹਾਨੂੰ ਇਸ ਚਾਰਟ ਦੇ ਵਿੱਚ ਸਮਝਾਉਣਾ ਚਾਹਾਂਗਾ ਹਾਲਾਂਕਿ ਇਸ ਚਾਰਟ ਨੂੰ ਮੈਂ ਥੋੜਾ ਜਿਹਾ ਵੱਡਾ ਕਰਦਾ ਤਾਂ ਕਿ ਤੁਸੀਂ ਚੀਜ਼ਾਂ ਹੋਰ ਵੀ ਸਮਝ ਸਕਦੇ ਹੋ ਹੋ ਸਕਦਾ ਤੁਹਾਡੇ ਜੋ ਕੱਲ ਨੂੰ ਆਉਣ ਵਾਲੇ ਟਾਈਮ 'ਚ ਕੋਈ ਲੀਡਰ ਹੀ ਬਣ ਜੇ ਤਾਂ ਉਸ ਨੂੰ ਇਨ੍ਹਾਂ ਚੀਜ਼ਾਂ ਬਾਰੇ ਸਾਰਾ ਪਤਾ ਹੋਣਾ ਲਾਜ਼ਮੀ ਹੈ ਤਕਰੀਬਨ ਇਹਨਾਂ ਨੇ ਰੈਵਨਿਊ ਰਿਸਿਪਟ ਦੀ ਗੱਲ ਕਰਦੇ ਹਨ 2019 ਵੀ ਦੀ ਹੈ 73975 ਕਰੋੜ ਰੁਪਇਆ ਠੀਕ ਹੈ ਦੋਸਤੋ ਇਹ ਤੁਹਾਨੂੰ ਰੱਖਣ ਯਾਦ ਰੱਖਣਾ ਹੋਵੇਗਾ ਕਿ 2019 ਵੀ ਦਾ ਫੰਡ ਸੀਗਾ ਹੁਣ 2021 ਦਾ ਟਾਰਗੇਟ 88 ਬਲਕਿ 88 ਯਾਨੀ 88400 ਬਲਕਿ 884 ਕਰੋੜ ਰੁਪਏ ਦੀ ਗੱਲ ਰੱਖੀ ਹੈ ਆਨ ਟੈਕਸ ਨੇ ਰੈਵਨਿਊ ਹੈ ਇਹਦੀ ਪੂਰੀ ਡਿਟੇਲ ਇੱਥੇ ਤੁਹਾਨੂੰ ਆਲਰੇਡੀ 기ਵਨ ਹੈ ਸੋ that ਪਲੀਜ਼ ਇਹਨੂੰ ਅچھے ਤਰੀਕੇ ਨਾਲ ਰੀਡ ਆਊਟ ਕਰ ਲਿਓ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ ਅੱਜ ਦੀਆਂ ਮੇਨ ਜੋ ਹੈਡਲਾਈਨਸ ਸੀ ਆਪਾਂ ਇੰਪੋਰਟੈਂਟ ਤਰੀਕੇ ਨਾਲ ਵੇ ਵਾਈਜ਼ ਜੋ ਡਿਸਕਸ ਕੀਤਾ ਹੈ ਐਗਜ਼ਾਮ 'ਚ ਸਾਨੂੰ ਹੋ ਸਕਦੇ ਇਹਨਾਂ 'ਚ 2-3 ਕੁਐਸਚਨ ਪੁੱਛੇ ਜਾਣਗੇ ਪਰ 2-3 ਵੀ ਸਾਡੇ ਬਹੁਤ ਇੰਪੋਰਟੈਂਟ ਚੀਜ਼ਾਂ ਯਾਦ ਹੋਣੀਆਂ ਚਾਹੀਦੀਆਂ ਆਈ ਥਿੰਕ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੋਏਗਾ ਕਿ ਇਹਨਾਂ ਨੂੰ ਬਹੁਤ ਅچھے ਤਰੀਕੇ ਨਾਲ ਪਲੀਜ਼ ਰਿਵਾਈਜ਼ ਕਰੋ ਮਿਲਦੇ ਆ ਫਿਰ ਨੈਕਸਟ ਸੈਸ਼ਨ ਤਦ ਤੱਕ ਖਿਆਲ ਰੱਖੋ ਟੇਕ ਕੇਅਰ ਬਾਏ ਬਾਏ